ਬੂਟਾ ਸਿੰਘ ਰਣਸੀ ਜੀ, ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਨਿਊਜ਼ 18 ਦੇ, ਔਰ ਬਹੁਤ ਬਹੁਤ ਮੁਬਾਰਕਾਂ ਵੱਡੀ ਲੀਡ 'ਤੇ ਜਿਹੜੇ ਨੇ ਸਰਬਜੀਤ ਸਿੰਘ ਖਾਲਸਾ, ਜਿੱਤ ਪ੍ਰਾਪਤ ਹੋਈ ਹੈ। ਕਿਵੇਂ ਜਾਣਦੇ ਹੋ ਸਰਬਜੀਤ ਸਿੰਘ ਖਾਲਸਾ ਨੂੰ ਔਰ ਇੰਨੀ ਵੱਡੀ ਲੀਡ? ਕੁਛ ਹੀ ਦਿਨਾਂ ਦੇ ਵਿੱਚ ਲੋਕਾਂ ਦੇ ਮੂੰਹ 'ਤੇ ਸਰਬਜੀਤ ਸਿੰਘ ਖਾਲਸਾ ਹੋ ਗਿਆ ਸੀ, ਕਿਵੇਂ ਹੋਇਆ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਬਜੀਤ ਸਿੰਘ ਖਾਲਸੇ ਨੂੰ ਸਾਰਾ ਸੰਸਾਰ ਜਾਣਦਾ, ਕਿਉਂਕਿ ਉਹਦੇ ਪਿਤਾ ਸਰਦਾਰ ਬੇਅੰਤ ਸਿੰਘ ਦੀ ਪਹਾੜ ਜਿੱਡੀ ਕੁਰਬਾਨੀ, ਦਰਬਾਰ ਸਾਹਿਬ ਦਾ ਹਮਲਾ, ਉਹਦਾ ਬਦਲਾ ਲੈਣਾ, ਔਰ ਸਰਬਜੀਤ ਸਿੰਘ ਖਾਲਸੇ ਦਾ ਪਰਿਵਾਰ ਆ ਜਿਹੜਾ, ਉਹ ਉਹਨਾਂ ਸ਼ਹੀਦਾਂ ਮਹਾਨਾਂ ਦੀ ਲਿਸਟ ਜਾਂ ਦੁਨੀਆ ਰਹਿੰਦੀ ਤੱਕ ਉਹਦਾ ਨਾਂ ਰਹੂਗਾ। ਇਸ ਕਰਕੇ ਜਦੋਂ ਸਰਦਾਰ ਬੇਅੰਤ ਸਿੰਘ ਹੋਣਾਂ ਨੇ ਇਹ ਕੁਰਬਾਨੀ ਕੀਤੀ, ਔਰ ਉਦੋਂ ਤੁਸੀਂ ਇਹਨਾਂ ਨੂੰ ਜਾਣਦੇ। ਦੂਸਰਾ, ਬਾਬਾ ਜੋਗਿੰਦਰ ਸਿੰਘ ਖਾਲਸੇ ਨੇ 1985 'ਚ ਸੰਯੁਕਤ ਅਕਾਲੀ ਦਲ ਬਣਾਇਆ। 1999 ਦੇ ਵਿੱਚ ਬਾਬਾ ਜੋਗਿੰਦਰ ਸਿੰਘ ਦੀ ਪਾਰਟੀ ਨੇ, ਸੰਯੁਕਤ ਅਕਾਲੀ ਦਲ ਨੇ, ਜਿਹਦੇ ਪ੍ਰਧਾਨ ਸਨ ਬਾਬਾ ਜੀ, ਇਹਨਾਂ ਦੀ ਮਾਤਾ ਬਿਮਲ ਕੌਰ ਖਾਲਸਾ ਨੂੰ ਰੋਪੜ ਤੋਂ ਟਿਕਟ ਦਿੱਤੀ। ਇਹਨਾਂ ਦੇ ਦਾਦਾ ਸਰਦਾਰ ਸੁੱਚਾ ਸਿੰਘ ਮਲੋਹਾ ਨੂੰ ਬਠਿੰਡਾ ਤੋਂ ਟਿਕਟ ਦਿੱਤੀ, ਔਰ ਦੋਨੇ ਨੂੰ ਸਹੁਰਾ ਜਿੱਤ ਗਏ 1999 ਦੇ ਵਿੱਚ। ਉਦੋਂ ਤੋਂ ਫਿਰ ਇਹ ਪਾਰਟੀ ਨਾਲ ਜੁੜੇ ਵੇ। 1991 'ਚ ਪੁਲਿਸ ਤਸ਼ੱਦਦ ਕਾਰਨ ਇਹਦੀ ਮਾਂ ਦੀ ਮੌਤ ਹੋ ਗਈ, ਬਿਮਲ ਕੌਰ ਖਾਲਸਾ, ਔਰ ਇਹ ਬੱਚੇ ਸੀ। ਜਦੋਂ 1984 ਦਾ ਇਹਨਾਂ ਦੇ ਬੇਅੰਤ ਸਿੰਘ ਨੇ ਸ਼ਹੀਦੀ ਕੀਤੀ ਪਿਤਾ ਨੇ, ਉਦੋਂ ਇਹ ਬੰਦਾ 7 ਸਾਲ ਦਾ ਸੀ, ਸਰਬਜੀਤ ਸਿੰਘ ਖਾਲਸਾ। 91 'ਚ ਮਾਲਾ ਚੜ੍ਹਾਈ ਕਰ ਗਈ। ਦੋ ਬੱਚੇ ਦੋ ਛੋਟੇ ਆ, ਇੱਕ ਇਹਨਾਂ ਦੀ ਭੈਣ, ਇੱਕ ਇਹਨਾਂ ਦਾ ਭਾਈ ਹੋਰ ਆਸਟ੍ਰੇਲੀਆ ਰਹਿੰਦੇ, ਔਰ ਇਹ ਵਿਚਾਰੇ ਰੁਲ ਖੁਲ ਕੇ ਪਲੇ। ਦੋ ਵਾਰੀ ਇਦੋਂ ਪਹਿਲਾਂ ਇਹ ਚੋਣ ਲੜ ਚੁੱਕੇ, ਇੱਕ ਵਾਰੀ ਭਦੌੜ ਸਿਮਰਜੀਤ ਸਿੰਘ ਮਾਨ ਦੀ ਟਿਕਟ 'ਤੇ, ਇੱਕ ਵਾਰੀ ਬਠਿੰਡੇ ਪਾਰਲੀਮੈਂਟ ਹਲਕਾ ਸਿਮਰਜੀਤ ਸਿੰਘ ਮਾਨ ਦੀ ਟਿਕਟ 'ਤੇ। ਦੋਵੇਂ ਵਾਰੀ ਬਦਕਿਸਮਤੀ ਨਾਲ ਇਹ ਚੋਣ ਹਰ ਗਈ। ਐਤਕੀ ਇਹਨਾਂ ਨੇ ਮਨ ਬਣਾਇਆ ਕਿ ਆਜ਼ਾਦ ਤੌਰ 'ਤੇ ਚੋਣ ਲੜੀ ਜਾਵੇ, ਕਿਸੇ ਪਾਰਟੀ ਵਾਂਗੂੰ ਚੋਣ ਨਾ ਲੜੀ ਜਾਵੇ, ਕਿਉਂਕਿ ਇਹ ਆਪਦੇ ਆਪ ਨੂੰ ਜਾਂ ਇਹ ਸੱਚੀ ਮੁੱਚੀ ਪੰਥ ਦੇ ਬੰਦੇ, ਇਹ ਪੰਥ ਦਾ ਪੁੱਤ ਆ ਭਾਈ ਸਰਬਜੀਤ ਸਿੰਘ ਖਾਲਸਾ, ਔਰ ਇਹ ਗੁਰਸੇਵਕ ਸਿੰਘ ਜਵਾਹਰ ਕਿਹਾ ਸਾਡਾ ਲੀਡਰ ਆ, ਇਹਦੇ ਨਾਲ ਹੀ ਰਹਿੰਦੇ ਆ, ਉਹ ਲੈ ਕੇ ਮੇਰੇ ਕੋਲ ਆਏ। ਮੈਂ ਇਹਨਾਂ ਨੂੰ ਆਖਿਆ ਵੀ ਜਾਂ ਤਾਂ 10,000 ਵੋਟ ਪਊ ਆਪਾਂ ਨੂੰ, ਜਾਂ ਫਿਰ ਆਪਾਂ ਚੋਣ ਜਿੱਤਾਂਗੇ, ਆਪਾਂ ਜਾਂ ਰੁਲਦੇ ਹਾਂ ਜਾਂ ਰੋਲਦੇ ਹਾਂ ਕਿਸੇ ਨੂੰ, ਆਪਣਾ ਪਹਿਲਾਂ ਦਾ ਆਪਣੀ ਪਾਰਟੀ ਦਾ ਜਾਂ ਆਪਣਾ ਜਿਹੜਾ ਇਹ ਲਾਣਾ ਆਪਣੇ ਵਾਲਾ ਜਿਹੜਾ ਅਸਲ ਪੰਥ ਆ ਉਹ ਐਂ ਕਰਦਾ। ਫਿਰ ਪੰਥ ਉੱਠ ਕੇ ਤੁਰ ਪਿਆ ਸਰਬਜੀਤ ਸਿੰਘ ਖਾਲਸੇ ਨਾਲ। ਇਹ ਅਸਲ ਵਿੱਚ ਵੋਟਾਂ ਜਿਹੜੀਆਂ ਪਈਆਂ, ਇਹ ਪਈਆਂ ਸਰਦਾਰ ਬੇਅੰਤ ਸਿੰਘ ਦੀ ਪੱਗ ਨੂੰ, ਇਹ ਪਈਆਂ ਸਰਦਾਰ ਸਤਵੰਤ ਸਿੰਘ ਨੇ ਨਾਲ ਸ਼ਹੀਦੀ ਪ੍ਰਾਪਤ ਕੀਤੀ, ਮੁੜ ਕੇ ਫਾਂਸੀ ਚੜ੍ਹੇ ਕੇਹਰ ਸਿੰਘ ਅਤੇ ਸਤਵੰਤ ਸਿੰਘ। ਅਸਲ ਵਿੱਚ ਸਿੱਖ ਪੰਥ ਨੇ ਜਾਂ ਹਿੰਦੂ ਭਾਈਚਾਰੇ ਨੇ ਜਾਂ ਮੁਸਲਮਾਨ ਭਾਈਚਾਰੇ ਨੇ ਜਾਂ ਪੰਜਾਬੀਆਂ ਨੇ ਕਹਿ ਲਓ, ਇਹ ਗੱਲ ਨੂੰ ਮਨ 'ਚ ਘਤਾਰ ਲਿਆ ਕਿ ਪਰਿਵਾਰ ਨੇ ਬਹੁਤ ਵੱਡੀ ਕੁਰਬਾਨੀ ਕੀਤੀ। ਪੁਲਿਸ 'ਚ ਇਹਨਾਂ ਦਾ ਪਿਤਾ ਇੰਸਪੈਕਟਰ ਸੀ, ਉਹ ਵੀ ਪ੍ਰਧਾਨ ਮੰਤਰੀ ਦਾ ਹੋਵੇ ਬਾਡੀਗਾਰਡ, ਉਹ ਵੀ ਨੇੜੇ ਦਾ ਹੋਵੇ, ਉਸ ਅਹੁਦੇ 'ਤੇ ਰਹਿ ਕੇ ਅਤੇ ਜਲਾਹਾਂ ਦੇ ਘਰੇ ਜਨਮ ਲਿਆ ਹੋਵੇ, ਗਰੀਬ ਘਰੇ, ਬੰਦਾ ਐਡੀ ਵੱਡੀ ਕੁਰਬਾਨੀ ਕਰ ਜੇ, ਬੱਚਿਆਂ ਦੀ ਪਰਵਾਹ ਨਾ ਕਰੇ, ਬੱਚੇ ਕੀ ਹੋਊ ਮਗਰੋਂ ਕੀ ਹੋਊਗਾ। ਔਰ ਫਿਰ ਇਹਦੀ ਮਾਂ 'ਤੇ ਤਸ਼ੱਦਦ ਕੀਤਾ ਪੁਲਿਸ ਨੇ ਫੜ ਕੇ, ਕਦੋਂ ਇੰਦਰਾ ਗਾਂਧੀ ਦੀ ਮੌਤ ਹੋ ਗਈ, ਇਹਦੇ ਪਿਤਾ ਨੂੰ ਵੀ ਉੱਥੇ ਸ਼ਹੀਦ ਕਰਤਾ ਪੁਲਿਸ ਨੇ, ਔਰ ਉਦੋਂ ਬਾਅਦ ਫਿਰ ਬਹੁਤ ਪਰਿਵਾਰ 'ਤੇ ਤਸ਼ੱਦਦ ਹੋਇਆ, ਇਹ ਰੁਲਦਾ ਖੁਲਦਾ ਪੰਜਾਬ 'ਚ ਆ ਗਿਆ। ਬਾਬਾ ਠਾਕਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਇਹਨਾਂ ਨੂੰ ਇੱਕ ਘਰ ਲੈ ਤਾ ਮੋਹਾਲੀ, ਕਿ ਪੰਥ ਦਾ ਪਰਿਵਾਰ ਆ, ਰੁਲਦਾ ਫਿਰਦਾ ਰਹੋਗੇ ਕਿੱਥੇ, ਗਰੀਬ ਬੰਦੇ ਦੀ ਮਾਂ ਦੀ ਨੌਕਰੀ ਵੀ ਛੁੱਟ ਗਈ ਬਿਮਲ ਕੌਰ ਖਾਲਸਾ ਦੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਛੋਟੇ ਸੀ। ਇਸ ਕਰਕੇ ਮੈਂ ਉਦੋਂ ਤੋਂ ਹੀ ਸਾਡੇ ਮਨ 'ਚ ਇਹਨਾਂ ਦੀ ਕਦਰ ਆ ਅਤੇ ਅੱਜ ਵੀ। ਅੱਜ ਪਾਰਲੀਮੈਂਟ ਦੀ ਚੋਣ ਜਿੱਤ ਲੈਣਾ ਕੋਈ ਬਹੁਤ ਨਹੀਂ, ਕਿ ਪਾਰਲੀਮੈਂਟ ਦੀ ਚੋਣ ਇਸ ਪਰਿਵਾਰ ਨੇ ਜਿੱਤ ਲਈ ਜਾਂ ਦੂਜੇ ਉਮੀਦਵਾਰ ਹਾਰ ਗਏ, ਬਹੁਤ ਇਹ ਆ ਕਿ ਸਰਬਜੀਤ ਸਿੰਘ ਖਾਲਸਾ ਪੰਥ ਦੀਆਂ ਨਜ਼ਰਾਂ 'ਚ ਖਰਾ ਕਿਵੇਂ ਉਤਰਦਾ, ਬਹੁਤ ਇਹ ਗੱਲ ਆ। ਬਹੁਤ ਇਹ ਨਹੀਂ ਹੁੰਦਾ ਕਿ ਚੋਣ ਜਿੱਤ ਲਈ, ਚੋਣ ਤਾਂ ਸਰਬਜੀਤ ਸਿੰਘ ਅਗਲੀ ਵਾਰ ਵੀ ਜਿੱਤ ਲੂਗਾ,
ਪਰ ਜਿਹੜਾ ਪੰਜਾਬ ਆ ਜੇ ਖਿਲ ਰਿਹਾ ਪਿਆ ਪੰਥ ਜਾਂ ਪੰਜਾਬ ਜਾਂ ਪੰਜਾਬੀਅਤ ਜਾਂ ਨੌਜਵਾਨੀ ਜੋ ਪੰਜਾਬ ਦੇ ਮਸਲੇ ਆ ਉਹਨਾਂ ਨੂੰ ਕਿੰਨੀ ਸੰਜੀਦਗੀ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਚੁੱਕਦੇ ਆ ਜਾਂ ਪੰਜਾਬੀਆਂ ਨੂੰ ਇਕੱਠੇ ਕਰਦੇ। ਇਹ ਗੱਲ ਵੱਡੀ ਆ। ਅਸੀਂ ਆਸ ਕਰਦੇ ਹਾਂ ਕਿ ਸ਼ਹੀਦਾਂ ਦੇ ਖੂਨ 'ਚੋਂ ਇਹ ਮੁੰਡਾ ਸਰਬਜੀਤ ਸਿੰਘ ਖਾਲਸਾ ਕਿ ਇਹ ਖਰਾ ਉਤਰੂਗਾ, ਮੈਨੂੰ ਆਸ ਆ ਸਾਨੂੰ। ਔਰ ਅਸੀਂ ਸਾਰਿਆਂ ਨੇ ਸ਼ੇਰੇ ਪੰਜਾਬ ਅਕਾਲੀ ਦਲ, ਭਾਈ ਜਸਵੀਰ ਸਿੰਘ ਸਾਬਕਾ ਜਹਿਦਾ ਰੋਡਿਆਂ ਵਾਲੇ ਔਰ ਦਲੇਰ ਸਿੰਘ ਨੇ ਫੈਡਰੇਸ਼ਨ ਡੋਰ ਦੀ, ਪੰਥ ਪ੍ਰਸਤੀਆਂ ਨੇ ਅੱਗੇ ਹੋ ਕੇ ਇਹਦੀ ਮਦਦ ਕੀਤੀ, ਪੰਥ ਪ੍ਰਸਤੀਆਂ ਨੇ। ਔਰ ਉਹਦੇ ਵਿੱਚ ਫਿਰ ਪੰਥ ਪ੍ਰਸਤੀ ਦੇ ਨਾਲ ਸਾਰੀ ਸੰਗਤ ਜੁੜ ਗਈ। ਇਹ ਜਿੱਤ ਆ ਜਿਹੜੀ ਅਸਲ ਵਿੱਚ ਇਹ ਸਰਦਾਰ ਬੇਅੰਤ ਸਿੰਘ ਦੀ ਸ਼ਹੀਦੀ ਦੀ ਅਤੇ ਉਹਨਾਂ ਇਨਸਾਫ ਪਸੰਦ ਫਰੀਦਕੋਟ ਦੇ ਲੋਕਾਂ ਦੀ ਆ। ਸਾਡਾ ਕੁਝ ਨਹੀਂ ਇਹਦੇ 'ਚ, ਮੇਰੇ ਵਰਗੇ ਐਵੇਂ ਲੀਡਰੀ ਚਮਕਾਈਏ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਨਾਲ ਚੱਲੇ, ਅਸੀਂ ਲੋਕਾਂ 'ਚ ਬੋਲਣ ਗਏ, ਅਸੀਂ ਜਿੰਨਾ ਤਨ ਮਨ ਧਨ ਨਾਲ ਸੇਵਾ ਕੀਤੀ ਅਸੀਂ ਇੰਨਾ ਹੀ ਕਰ ਸਕਦੇ ਸੀ। ਪਰ ਸਮੁੱਚੇ ਫਰੀਦਕੋਟ ਦੇ ਇਲਾਕਿਆਂ ਲੋਕਾਂ ਨੇ ਅੱਖਾਂ ਵਿਛਾਤੀਆਂ, ਇਹਨੂੰ ਦਿਲ ਖੋਲ੍ਹ ਕੇ ਉਹਨਾਂ ਨੇ ਇਹਦੀ ਮਦਦ ਕੀਤੀ ਤਨ ਮਨ ਧਨ ਨਾਲ। ਮੈਂ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਐਡੀ ਮਹਾਨ ਕੁਰਬਾਨੀ ਕੀਤੀ ਸੀ ਸਰਦਾਰ ਬੇਅੰਤ ਸਿੰਘ ਨੇ, ਤੁਸੀਂ ਉਹਦੀ ਕਦਰ ਕੀਤੀ ਹੈ, ਤੁਸੀਂ ਉਹਦੀ ਆਪਦੇ ਦਿਲ 'ਚ ਰੱਖੀ ਹੈ ਕਿ ਸ਼ਹੀਦਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਆ। ਤਾਂ ਭਾਈ ਸਰਬਜੀਤ ਸਿੰਘ ਖਾਲਸੇ ਦੀ ਵੱਡੀ ਜਿੱਤ ਜਿਹੜੀ ਹੋਈ ਆ ਉਹਦੇ ਨਾਲ ਕੀ ਹੋਊਗਾ, ਉਹਦੇ ਨਾਲ ਸੰਸਾਰ ਦਾ ਮੀਡੀਆ ਬੋਲੂ, ਸੰਸਾਰ 'ਚ ਇਹ ਗੱਲ ਜਾਊਗੀ ਕਿ ਇੱਕ ਉਹ ਬੰਦਾ ਇੱਥੇ ਚੁਣ ਕੇ ਆ ਗਿਆ ਜਿਹਦੇ ਪੁੱਤ ਪਿਤਾ ਨੇ ਮਹਾਨ ਕੁਰਬਾਨੀ ਕੀਤੀ ਸੀ। ਔਰ ਉਹ ਵੀ ਮੈਂ ਕਹੂੰਗਾ ਸਰਬਜੀਤ ਸਿੰਘ ਖਾਲਸੇ ਨੂੰ ਖੁੱਲ੍ਹ ਦਿਲੀ ਨਾਲ ਕਿ ਜਦੋਂ ਚੰਗੇ ਕੰਮ ਕਰੂਗਾ ਉਦੋਂ ਇੱਕ ਵਾਰੀ ਫਿਰ ਸੰਸਾਰ ਬੋਲੂਗਾ ਕਿ ਉਸ ਖੂਨ ਨੇ ਚੰਗੇ ਕੰਮ ਹੀ ਕੀਤੇ ਆ, ਨਹੀਂ ਤਾਂ MP ਆਉਂਦੇ ਆ ਬਣ ਜਾਂਦੇ ਆ ਅਤੇ ਬਹੁਤ ਆਏ 1952 ਤੋਂ ਬਾਅਦ ਅਤੇ ਬਹੁਤ ਗਏ ਅਤੇ ਬਹੁਤ ਜਾਣਗੇ, ਇਹ ਵਰਤਾਰਾ 5 ਸਾਲਾਂ ਬਾਅਦ ਹੁੰਦੇ ਰਹਿੰਦਾ। ਅਸੀਂ ਹਮ ਅਕਾਲੀ ਸਭ ਕੇ ਬਾਲੀ, ਹਮਾਰਾ ਪੰਥ ਨਿਆਰਾ ਹੈ, ਅਸੀਂ ਨਿਆਰੇ ਪੰਥ ਦੇ ਵਾਰਸ ਹਾਂ ਅਤੇ ਸਾਨੂੰ ਚਾਹੀਦਾ ਵੀ ਇਹ ਆ ਕਿ ਅਸੀਂ ਉਹ ਕੰਮ ਕਰੀਏ ਕਿਸੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ। ਅਸੀਂ ਸਮੁੱਚੀ ਮਨੁੱਖਤਾ ਦੀ ਖਾਤਰ ਇਹਦੇ ਪਿਤਾ ਨੇ ਸ਼ਹੀਦੀ ਕੀਤੀ ਸੀ। ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਆ, ਉਹਦੇ 'ਤੇ ਹਮਲਾ ਹੋ ਜਾਣਾ ਮਨੁੱਖਤਾ 'ਤੇ ਹਮਲਾ ਸੀ ਅਤੇ ਮਨੁੱਖਤਾ ਦਾ ਬਦਲਾ ਲਿਆ ਇਹਦੇ ਪਿਤਾ ਨੇ। ਅੱਜ ਫਿਰ ਮਨੁੱਖਤਾ ਦੀ ਗੱਲ ਹੀ ਆ ਗਈ, ਅੱਜ ਮਨੁੱਖ ਪੰਜਾਬ ਦਾ ਭਾਰਤ ਦਾ ਤੰਗ ਆ ਹਰ ਪਾਸਿਓਂ, ਇਹਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਆ। ਮੈਂ ਨਹੀਂ ਕਹਿੰਦਾ ਇੱਕ ਪਾਰਟੀ ਦੀ ਕਰੇ ਇੱਕ ਨਾ, ਇਹਨੂੰ ਸਮੁੱਚੀ ਮਨੁੱਖਤਾ ਦੀ ਖਾਤਰ ਇਹਨੂੰ ਵੀ ਤਨ ਮਨ ਧਨ ਨਾਲ 5 ਸਾਲ ਪੂਰੀ ਮਦਦ ਕਰਨੀ ਲੋਕਾਂ ਦੀ ਚਾਹੀਦੀ ਆ। ਇਹ ਕਹਿੰਦਾ ਕਿ ਸਾਡੇ ਸ਼ਹਿਰ ਮੋਗੇ ਮੈਂ ਰਹੂੰਗਾ, ਮੋਗਾ ਵਿਚਾਲਾ ਫਰੀਦਕੋਟ ਏਰੀਏ ਦਾ, ਇਹ ਬਹੁਤ ਚੰਗੀ ਗੱਲ ਆ ਕਿ ਸਾਡੇ ਲੋਕਾਂ ਦੇ ਵਿੱਚ ਰਹੇ, ਅਤੇ ਲੋਕਤੰਤਰ ਕਹਿੰਦਾ ਹੀ ਇਹ ਆ ਕਿ ਲੀਡਰ ਉਹ ਜਿਹੜਾ ਲੋਕਾਂ ਦੇ ਵਿੱਚ ਰਹੇ। ਜੇ ਵਿੱਚ ਰਹੂਗਾ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਮਦਦ ਕੀਤੀ ਜਾਂ ਤੁਹਾਡੀ ਮਦਦ ਕੀਤੀ ਜਾਂ ਆਮ ਲੋਕਾਂ ਨੇ ਮਦਦ ਕੀਤੀ ਉਹਨੂੰ ਸਫਲਤਾਪੂਰਵਕ ਉਹਨੂੰ ਮੰਨਿਆ ਜਾਊਗਾ। ਬੁੱਢਾ ਜੀ, ਤੁਹਾਡੇ ਕੋਲ ਜਦੋਂ ਕਰੇ ਆਏ, ਤੁਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਮਿਲੇ ਹੋ ਖਾਲਸਾ ਜੀ ਨੂੰ, ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਇਹਨਾਂ ਨੂੰ ਕਦੇ ਨਹੀਂ ਮਿਲੇ, ਉੱਦਾਂ ਨਹੀਂ ਤੁਹਾਡੇ ਕੋਲ ਮਿਲੇ ਆ, ਉਸ ਤੋਂ ਬਾਅਦ ਕੋਈ ਗੱਲ ਹੋਈ ਹੈ ਜਦੋਂ ਘਰੇ ਮਿਲੇ ਆ, ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਜਿਹੜੇ ਆ ਲੋਕਾਂ ਦੇ ਵਿੱਚ ਜਾਣਗੇ? ਕਿਉਂਕਿ ਪਹਿਲਾਂ ਜਦੋਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਮੋਗਾ ਦੇ ਵਿੱਚ ਕੀਤੀ ਸੀ, ਜਦੋਂ ਇਹਨਾਂ ਨੇ ਇਲੈਕਸ਼ਨ ਲਈ ਫਾਰਮ ਭਰਨੇ ਸੀਗੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ, ਉਦੋਂ ਕੋਈ ਲੋਕ ਇੰਨਾ ਜਾਣਦੇ ਨਹੀਂ ਸੀ, ਉਦੋਂ ਇਹਨਾਂ ਦਾ ਨਾਮ ਨਹੀਂ ਸੀ, ਲੇਕਿਨ ਕੁਛ ਹੀ ਦਿਨਾਂ ਦੇ ਵਿੱਚ ਹਰ ਜ਼ਬਾਨ 'ਤੇ ਜਿਹੜਾ ਸਰਬਜੀਤ ਖਾਲਸੇ ਦਾ ਨਾਮ ਹੋ ਗਿਆ। ਉਹ ਵੇਖੋ, ਜਦੋਂ ਸਾਡੇ ਘਰ ਆਏ ਨਾ ਗੁਰਸੇਵਕ ਸਿੰਘ ਜਵਾਹਰ ਕੇ ਬਲਵਿੰਦਰ ਸਿੰਘ ਰੋਡੇ 2 ਬੰਦੇ ਨਾਲ ਸੀ, ਮੈਂ ਉਹਦੇ ਵੀ ਕਿਹਾ ਸਾਫ, ਮੈਂ ਆਖਿਆ ਵੀ ਜਾਂ ਤਾਂ ਆਪਾਂ ਨੂੰ 10,000 ਵੋਟ ਪਊ ਜਾਂ ਆਪਾਂ ਜਿੱਤਾਂਗੇ, ਆਪਾਂ ਵਿਚਾਲੇ ਰਹਿਣ ਵਾਲੇ ਬੰਦੇ ਨੇ। ਔਰ ਮੈਂ ਇਹ ਵੀ ਆਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੰਦੀ ਸਿੰਘ
ਪੰਜਾਬ ਦੇ ਬੱਚਿਆਂ ਨੂੰ ਬਾਹਰ ਜਾਣਾ, ਆਰਥਿਕ ਮਦਵਾੜਾ ਹੋਣਾ, ਪਾਣੀ ਥੱਲੇ ਜਾਣਾ ਧਰਤੀ ਦਾ, ਇਹ ਇੱਕ ਖਤਰੇ ਦੀ ਘੰਟੀ ਆ, ਇਹ ਖਤਰੇ ਦੀ ਘੰਟੀ ਆ ਪੰਜਾਬ ਦੀ ਖਾਤਰ। ਮੈਂ ਪੰਜਾਬ ਦੀ ਗੱਲ ਕਰਦਾ ਜਿੱਥੇ ਅਸੀਂ ਰਹਿੰਦੇ ਹਾਂ, ਕਿਉਂਕਿ ਪੰਜਾਬ ਉੱਜੜ ਰਿਹਾ, ਵਿਦੇਸ਼ਾਂ ਦੀ ਧਰਤੀ ਜਾੜ ਰਹੀ ਹੈ, ਇੱਕ ਪੈਸਾ ਜਾ ਰਿਹਾ, ਪਾਣੀ ਥੱਲੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ, ਦੁੱਧ ਸਾਰਾ ਜ਼ਹਿਰੀਲਾ ਹੋ ਗਿਆ, ਅੱਜ 90-60% ਦੁੱਧ ਜਾਲੀ ਵਿਕਦਾ, ਘਰ ਘਰ ਦੁੱਧ ਜਾਲੀ ਬਣਦਾ। ਇਹ ਸਮੱਸਿਆਵਾਂ ਪੰਜਾਬ ਦੀਆਂ, ਇਹਦੇ 'ਤੇ ਤੈਨੂੰ ਸਾਰੀਆਂ 'ਤੇ ਬੋਲਣਾ ਪਊ ਅਤੇ ਖੜ੍ਹਨਾ ਪਊਗਾ। ਇਸ 'ਤੇ ਗੁਰੂ ਗ੍ਰੰਥ ਸਾਹਿਬ ਦੀ ਨੂੰ ਹਾਜ਼ਰ ਨਾਜ਼ਰ ਮੰਨਦੇ ਆ ਸਿੱਖ, ਸਾਰੇ ਤੁਸੀਂ ਮੰਨਦੇ ਹੋ, ਉਹਦੀ ਜਦੋਂ ਉਹਦੀ ਕੋਈ ਬੇਅਦਬੀ ਕਰਦਾ ਉਹਦੀ ਕੈਦ 3 ਸਾਲ ਹੀ ਆ। ਇਹਨੂੰ ਆਖਿਆ ਕਹਾਂਗੇ ਵੀ, ਇਹ ਵੀ ਕਹੂਗਾ ਪ੍ਰਧਾਨ ਮੰਤਰੀ ਜਿਹੜਾ ਵੀ ਬਣੇ ਉਹਨੂੰ ਵੀ ਮਿਲੇ, ਮਿਲ ਕੇ ਪ੍ਰਧਾਨ ਮੰਤਰੀ ਨੂੰ ਕਹੇ ਕਿ ਪਾਰਲੀਮੈਂਟ 'ਚ ਇੱਕ ਮਤਾ ਲਿਆਓ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਦੇ 'ਤੇ ਕਤਲ ਦਾ ਕੇਸ ਚੱਲੇ, 300 ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ ਉਹਦੇ ਕੋਲ ਸਰਬਜੀਤ ਸਿੰਘ ਖਾਲਸਾ ਖੁੱਲ੍ਹ ਗਿਰੀਆਂ ਜਾਵੇ ਕਿ ਪੰਜਾਬ ਉੱਜੜ ਰਹੇ। ਇਹ ਮਹਾਨ ਪੰਜਾਬ ਆ ਜਿਹਨੇ ਦੇਸ਼ ਦੀ ਆਜ਼ਾਦੀ 'ਚ 90% ਕੁਰਬਾਨੀਆਂ ਕੀਤੀਆਂ, ਜਿਹਨੇ ਦੇਸ਼ ਦਾ ਅੰਨ ਭੰਡਾਰ ਭਰਿਆ, ਖੇਡਾਂ 'ਚ ਤਗਮੇ ਲਏ ਆ, ਫੌਜ 'ਚ ਅਸੀਂ ਮੂਹਰੀ ਰਹੇ, ਔਰ ਉਹ ਪੰਜਾਬ ਉੱਜੜ ਰਿਹਾ। ਇਸ ਕਰਕੇ ਮੈਂ ਤੈਨੂੰ ਆਖੂੰਗਾ ਆਪਦੇ ਤੌਰ 'ਤੇ ਕਿ ਤੂੰ ਨਹੀਂ ਜਖਣਾ, ਤੂੰ ਕਿ ਆਜ਼ਾਦ ਜਿੱਤ ਗਿਆ, ਪ੍ਰਧਾਨ ਮੰਤਰੀ ਕੋਈ ਬਣਿਓ ਸਾਂਝਾ, ਸਾਡਾ ਸਾਂਝਾ ਸਾਡਾ ਪ੍ਰਧਾਨ ਮੰਤਰੀ ਆ, ਉਹਦੇ ਕੋਲ ਇਹਨੂੰ ਜਾ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ। ਨਹੀਂ ਤਾਂ ਇਦੋਂ ਪਹਿਲਾਂ ਪਰਿਵਾਰਾਂ ਦੀ ਗੱਲ ਹੋਈ, ਆਪਦੇ ਨਿੱਜ ਦੀ ਗੱਲ ਹੋਈ, ਨਿੱਜ ਨੂੰ ਛੱਡ ਕੇ ਪਰਿਵਾਰਾਂ ਨੂੰ ਛੱਡ ਕੇ ਇਹ ਲੋਕਾਂ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰੇ, ਤਾਂ ਜੋ ਮੈਂ ਸਮਝਦਾ ਵੋਟਾਂ ਪਾਉਣ ਵਾਲਿਆਂ ਦਾ ਸਿਰ ਉੱਚਾ ਹੋਵੇ। ਮੈਂ ਇਹਨੂੰ ਜ਼ਿੰਦਗੀ 'ਚ ਉਹਦੇ ਪਹਿਲੀ ਵਾਰ ਮਿਲਿਆ ਸੀ ਸਰਬਜੀਤ ਸਿੰਘ ਖਾਲਸੇ ਨੂੰ, ਮੈਂ ਇਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਲੱਗਿਆ ਬੰਦਾ ਨਰਮ ਸੁਭਾਅ ਦਾ ਬੰਦਾ, ਦੋ ਇਹਦੇ ਮੁੰਡੇ ਆ, ਇੱਕ ਇਹਦੇ ਘਰ ਵਾਲੀ ਸੰਦੀਪ ਕੌਰ ਕੁੜੀ ਜੋ ਸ਼੍ਰੋਮਣੀ ਕਮੇਟੀ 'ਚ ਡਿਊਟੀ ਕਰਦੀ ਆ ਕਿਤੇ, ਉਹ ਚਾਰੇ ਇਹ ਹੈਗੇ ਆ, ਉੱਥੇ ਰਹਿੰਦੇ ਸੀ ਇਹ ਮੋਹਾਲੀ, ਉੱਥੋਂ ਆ ਕੇ ਰੋਡੀਆਂ ਆ ਗਏ ਭਾਈ ਜਸਵੀਰ ਸਿੰਘ ਕੋਲ, ਮੁੜ ਕੇ ਆ ਕੇ ਇਹਨਾਂ ਨੇ ਰਹਿਣ ਬਸੇਰਾ ਪੱਤੋ ਨਵਦੀਪ ਸਿੰਘ ਦੇ ਘਰ ਕੀਤਾ, ਅੱਜ ਕੱਲ੍ਹ ਇਹ ਪੱਤੋ ਆ, ਅੱਜ ਪੱਤੋ ਤੋਂ ਅਕਾਲ ਤਖ਼ਤ ਸਾਹਿਬ ਨੂੰ ਚੱਲਿਆ ਦੀਨਾ ਸਾਹਿਬ ਮੱਥਾ ਟੇਕ ਕੇ। ਇੰਨਾ ਮੈਂ ਜਾਣਦਾ ਸੀ, ਪਰ ਇਉਂ ਮੈਂ ਜ਼ਰੂਰ ਜਾਣਦਾ ਸੀ ਕਿਉਂਕਿ ਏਡੇ ਵੱਡੇ ਮਹਾਨ ਪਰਿਵਾਰਾਂ ਨੂੰ ਜਾਣਦਾ ਕੌਣ ਨਹੀਂ। ਬਿਮਲ ਕੌਰ ਖਾਲਸਾ ਦੀ ਚੋਣ 'ਚ ਅਸੀਂ ਹਿੱਸਾ ਪਾਇਆ, ਬਾਬਾ ਸੁੱਚਾ ਸਿੰਘ ਮਲੋਆ ਨੂੰ ਅਸੀਂ ਜਿਤਾਉਣ ਗਏ, 20 ਵਾਰੀਆਂ ਬਠਿੰਡੇ ਬੋਲ ਕੇ ਉਹਨਾਂ ਦੇ ਹੱਕ 'ਚ ਜਿੰਨਾ ਸੀਗਾ ਤੈਲਫੁਲ ਦੇ ਕੇ ਆਏ, ਔਰ ਇਹਨੂੰ ਉਦ ਪਰ ਨਿੱਜੀ ਤੌਰ 'ਤੇ ਮੈਂ ਉਹਦੇ ਰਣਸੀਂਹ ਕਲਾਂ ਇਹਨੂੰ ਪਹਿਲੇ ਦਿਨ ਮਿਲਿਆ ਸੀ। ਮੈਨੂੰ ਅੱਜ ਵੀ ਆਸ ਆ ਕਿ ਮਹਾਰਾਜ ਛੇਵੇਂ ਪਾਤਸ਼ਾਹ ਕਿਰਪਾ ਕਰਨਗੇ ਕਿ ਇਹ ਪੰਜਾਬੀਆਂ ਦੀ ਜਿਹੜੀ ਆਸ ਆ ਉੱਤੇ ਖਰਾ ਉਤਰਨ। ਤੁਸੀਂ ਪਹਿਲੀ ਵਾਰੀ ਮਿਲੇ ਹੋ ਅਤੇ ਇੱਕਦਮ ਅਚਾਨਕ ਬੜਾ ਇੱਕ ਨਾਮ ਹੋ ਗਿਆ ਸਰਬਜੀਤ ਸਿੰਘ ਖਾਲਸੇ ਦਾ, ਕਿ ਹਰ ਜ਼ਬਾਨ 'ਤੇ ਅਗਰ ਪਿੰਡਾਂ 'ਚ ਗੱਲ ਕਰੀਏ ਕਿਤੇ ਵੀ ਗੱਲ ਕਰੀਏ ਸਰਬਜੀਤ ਸਿੰਘ ਖਾਲਸੇ ਦਾ ਨਾਮ ਸੀ, ਔਰ ਦੂਜੇ ਪਾਸੇ ਕਹਿ ਲਓ ਵੀ ਵੱਡੀਆਂ ਵੱਡੀਆਂ ਪਾਰਟੀਆਂ, ਇੱਕ ਪਾਸੇ ਹੰਸਰਾਜ ਹੰਸ, ਦੂਜੇ ਪਾਸੇ ਕਰਮਜੀਤ ਅਨਮੋਲ, ਅਕਾਲੀ ਪਾਰਟੀ, ਕਾਂਗਰਸ ਪਾਰਟੀ, ਕਿਵੇਂ ਇੱਕਦਮ ਇਹ ਸਾਰੀ ਹਵਾ ਬਦਲ ਗਈ? ਉਹਦਾ ਵੇਖੋ ਇਹ ਸੀ ਬਈ 2022 'ਚ ਕਾਂਗਰਸ ਤੋਂ ਅਕਾਲੀ ਦਲ ਬਾਦਲ ਤੋਂ ਅੱਕਿਆਂ ਨੇ ਲੋਕਾਂ ਨੇ ਆਮ ਆਦਮੀ ਪਾਰਟੀ ਲਿਆਂਦੀ ਸੀ, ਇਹ ਤੁਹਾਨੂੰ ਵੀ ਸਪਸ਼ਟ ਆ। ਔਰ ਜਦੋਂ ਇਹਨਾਂ ਨੇ ਵੀ ਕੁਛ ਨਾ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 'ਚ ਹੋਈ, ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਫੜ ਕੇ ਸਹੁੰ ਖਾਧੀ, ਉਹ ਵੀ ਚਲੇ ਗਏ, ਕੁਛ ਨਾ ਕੀਤਾ, ਬਾਦਲ ਪਰਵਾਨਾ ਰਲ ਗਿਆ ਕੈਪਟਨ ਅਮਰਿੰਦਰ ਸਿੰਘ, ਮੁੜ ਕੇ ਆ ਗਿਆ ਭਗਵੰਤ ਮਾਨ, ਬਗਰਾੜੀ ਮੋਰਚੇ ਸਾਡੇ ਕੋਲ ਆਮ ਜਾਂਦਾ ਰਿਹਾ ਭਗਵੰਤ ਸਿੰਘ ਮਾਨ, ਅਤੇ ਕਰਤਾਰ ਸਿੰਘ ਸੰਧਵਾਂ ਸਾਡੇ ਕੋਲ ਆਮ ਬੈਠੇ ਰਹਿੰਦੇ ਸੀ। ਇਹਨਾਂ ਨੇ ਵੀ ਕੁਛ ਨਹੀਂ ਕੀਤਾ, ਲੋਕਾਂ ਨੂੰ ਇਹਨਾਂ ਦਾ ਭਰੋਸਾ ਪਹਿਲਾਂ ਦੋ ਤੋਂ ਉਹਨਾਂ ਤੋਂ ਉੱਠ ਗਿਆ, ਤੀਜੇ ਨੂੰ ਤੋਂ ਉੱਠ ਗਿਆ, ਦੂਜਾ ਪੱਖ ਸੀ ਕਿ ਗਾਉਣ ਵਾਲੇ ਖੜ੍ਹੇ ਕਰ ਲਏ, ਇੱਕ ਨੇ ਕਰ ਲਿਆ ਹੰਸ ਰਾਜ ਹੰਸ ਭਾਰਤੀ ਜਨਤਾ ਪਾਰਟੀ ਨੇ, ਇੱਕ ਨੇ ਕਰਮਜੀਤ ਅਨਮੋਲ, ਲੋਕਾਂ 'ਚ ਦੂਜੀਆਂ ਜਿਹੜੀਆਂ ਪਾਰਟੀਆਂ ਪਹਿਲਾਂ ਹੀ ਵੰਡੀਆਂ ਹੋਈਆਂ ਸੀ। ਜੇ ਤੁਸੀਂ ਆਖੋ ਕਾਂਗਰਸ ਅਤੇ ਬਾਦਲ ਦਲ ਦਾ ਪਹਿਲਾਂ ਲੋਕਾਂ 'ਚ ਵਿਸ਼ਵਾਸ
ਲੋਕਾਂ ਦਾ ਹੈ ਨਹੀਂ ਸੀ। ਇਹ ਦੋ ਨਵੇਂ ਆਏ ਸੀ, ਦੋਨਾਂ ਨਵੇਂ ਨੇ ਗਾਉਣ ਵਾਲੇ ਖੜ੍ਹੇ ਕਰ ਲਏ। ਲੋਕਾਂ 'ਚ ਇਹ ਗੱਲ ਚੱਲੀ ਕਿ ਯਾਰੋ ਹੈਰਾਨੀ ਹੋ ਗਈ, ਅਸੀਂ ਗਾਉਣ ਵਾਲਿਆਂ ਨੂੰ ਵੋਟਾਂ ਪਾਈ ਗਏ, ਇਹ ਕਦੇ ਬੁੜੀ ਬਣ ਜਾਂਦੇ, ਕਦੇ ਬੰਦਾ ਬਣ ਜਾਂਦੇ, ਇਹਨਾਂ ਨੂੰ ਵੋਟਾਂ ਪਾਉਣੀਆਂ। ਔਰ ਇਹਦੀ ਕੁਰਬਾਨੀ ਮਹਾਨ ਸੀ, ਇਹਦੀ ਐਂ ਨਹੀਂ ਗੱਲ ਹੋਈ ਵੀ ਕਿਉਂ ਇੱਕਦਮ ਹੋ ਗਈ। ਜਦੋਂ ਅਸੀਂ ਜਾ ਕੇ ਪਿੰਡਾਂ 'ਚ ਬੋਲੇ, ਲੋਕ ਲੱਗ ਗਏ ਨੱਚਣ ਵੀ ਠੀਕ ਆ ਗੱਲ ਤੁਹਾਡੀ, ਵੀ ਇਹਨੂੰ ਵੋਟ ਨਹੀਂ ਪਾਉਣੀ, ਇੱਕ ਵੋਟ ਨਹੀਂ ਪਾ ਸਕਦੇ, ਐਡੀ ਵੱਡੀ ਕੁਰਬਾਨੀ ਮੂਹਰੇ ਸਰਬਜੀਤ ਸਿੰਘ। ਅਸੀਂ ਆਖਿਆ ਇੱਕ ਵੋਟ ਦੀ ਗੱਲ ਆ, ਉਹਨਾਂ ਨੇ ਇੱਕ ਪਰਿਵਾਰ ਉਜਾੜ ਲਿਆ, ਆਪਾਂ ਵੋਟ ਹੀ ਨਹੀਂ ਪਾ ਸਕਦੇ। ਉਹਦੇ ਨਾਲ ਫਿਰ ਉਮੀਦਵਾਰ ਮਾੜੇ ਸੀ, ਗਾਉਣ ਵਾਲੇ ਆ ਗਏ ਦੋ ਤਾਂ ਕਾਂਗਰਸ ਅਤੇ ਬਾਦਲ ਦਲ। ਲੋਕ ਕੱਲ੍ਹ ਵੀ ਗਿਣਤੀ 'ਚ ਕਾਂਗਰਸ ਅਤੇ ਬਾਦਲ ਦਲ ਦੇ ਉਦੋਂ ਹੀ ਮਾੜਾ ਹਾਲ, ਤੁਸੀਂ ਪਰਸੈਂਟੇਜ ਕੱਢ ਕੇ ਵੇਖ ਲਓ ਕਿ ਪਿਛਲਿਆਂ ਨੂੰ ਹੀ ਮਾੜਾ ਹਾਲ ਹੋ ਗਿਆ, ਕਿਉਂਕਿ ਲੋਕ ਉਹਨਾਂ 'ਤੇ ਪਹਿਲਾਂ ਹੀ ਤੰਗ ਸੀ। ਇਹਨਾਂ ਨੇ ਅਨਮੋਲ ਲੈ ਆਉਂਦਾ, ਭਾਰਤੀ ਜਨਤਾ ਪਾਰਟੀ ਨੇ ਕਿੰਨੀ ਵੋਟ ਵਧਾਈ, ਜੇ ਉਹਨਾਂ ਦਾ ਉਮੀਦਵਾਰ ਕਿਤੇ ਹੋਰ ਹੁੰਦਾ ਤਾਂ ਇੱਦਾਂ ਵਧਾਉਂਦੇ ਵੋਟਾਂ ਉਹ, ਉਹਨਾਂ ਦਾ ਉਮੀਦਵਾਰ ਮਾੜਾ ਸੀ ਗਾਉਣ ਵਾਲਾ, ਅਗਲਾ ਕਹਿੰਦਾ ਛੱਡੋ ਗਾਉਣ ਵਾਲੇ ਨੂੰ ਆਪਾਂ ਕੀ ਵੋਟਾਂ ਪਾਉਣੀਆਂ। ਇਸ ਕਰਕੇ ਇਹਦਾ ਇੱਕ ਤਾਂ ਉਮੀਦਵਾਰ ਮਾੜੇ ਸੀ, ਇੱਕ ਇਹਦੀ ਕੁਰਬਾਨੀ ਪਹਾੜ ਜਿੱਡੀ ਸੀ। ਉਹਨਾਂ ਕੋਲ ਕਹਿਣ ਨੂੰ ਕੁਛ ਨਹੀਂ ਸੀ, ਸਾਡੇ ਕੋਲ ਕਹਿਣ ਨੂੰ ਬਹੁਤ ਕੁਛ ਸੀ। ਸਰਦਾਰ ਬੇਅੰਤ ਸਿੰਘ ਇਕੱਲਾ ਨਹੀਂ ਸੀ, ਉਹਦੇ ਮਗਰ ਅਕਾਲ ਤਖ਼ਤ ਖੜ੍ਹਾ ਸੀ, ਉਹਦੇ ਮਗਰ ਹਰਿਮੰਦਰ ਸਾਹਿਬ ਖੜ੍ਹਾ ਸੀ ਜਿੱਥੇ ਇੰਦਰਾ ਨੇ ਹਮਲਾ ਕੀਤਾ, ਉਹਦੇ ਮਗਰ ਸੰਤ ਭਿੰਡਰਾਂ ਵਾਲੇ ਖੜ੍ਹੇ ਸੀ, ਭਿੰਡਰਾਂ ਦੇ ਨਾਲ ਸ਼ਹੀਦ ਹੋਏ ਬੰਦੇ ਖੜ੍ਹੇ ਸੀ, ਉਹ ਸਾਰਾ ਕੁਛ ਇਤਿਹਾਸ ਸੀ ਜਿਹੜਾ, ਉਹ ਸਰਦਾਰ ਸਰਬਜੀਤ ਸਿੰਘ ਦੇ ਮਗਰ ਖੜ੍ਹਾ ਸੀ। ਉਹ ਜਦੋਂ ਪਿੰਡਾਂ 'ਚ ਬੋਲਣ ਗਏ ਲੋਕ, ਕਿਉਂਕਿ ਪੰਜਾਬ ਦੇ ਲੋਕ ਧਰਮੀ ਆ, ਉਹ ਕਿਸੇ ਜਾਤ ਮਜ਼ਹਬ ਦੇ ਹੋਣ, ਧਰਮ ਹਰੇਕ ਦੇ ਅੰਦਰ ਵਸਿਆ ਵਾ, ਜੇ ਉਹ ਧਰਮੀ ਬੰਦੇ ਗੱਲ ਸੁਣਦੇ ਸੀ ਉਹ ਕਹਿੰਦੇ ਛੱਡੋ ਪਾਰਟੀ ਦਾ ਖਹਿੜਾ, ਐਤਕੀ ਸਰਬਜੀਤ ਸਿੰਘ ਵੋਟ ਨੂੰ ਵੋਟਾਂ ਪਾਓ। ਇਕੱਲੀਆਂ ਵੋਟਾਂ ਨਹੀਂ ਪਾਈਆਂ, ਨਾਲ ਵੱਡੀ ਗਿਣਤੀ 'ਚ ਉਹਦੀ ਚੋਣ ਮੁਹਿੰਮ ਦੀ ਮਦਦ ਵੀ ਕਰਦੇ ਸੀ, ਸਰੋਪੇ ਦਿੰਦੇ ਸੀ, ਫੁੱਲ ਸਿੱਟਦੇ ਸੀ। ਉਹਨਾਂ ਨੇ ਬਹੁਤ ਕੁਛ ਪਿੰਡਾਂ 'ਚ ਕੀਤਾ, ਪਿੰਡਾਂ 'ਚ ਵੇਖਣ ਨਜ਼ਾਰਾ ਸੀ। ਅਸੀਂ 8-10 ਦਿਨ ਪਹਿਲਾਂ ਕਹਿਤਾ ਸੀ ਕਿ ਜਿੱਤ ਗਿਆ, ਜਿੱਤ ਗਿਆ, ਜਿੱਤੂਗਾ ਲੱਖ 'ਤੇ, ਮੈਂ ਕਹਿੰਦਾ ਸੀ। ਉਹ ਲੱਖ ਤੋਂ ਲੀਡ ਘੱਟ ਗਈ, ਕਿਉਂਕਿ ਜਦੋਂ ਇਹਦਾ ਜਲਾਓ ਲੋਕਾਂ ਨੇ ਵੇਖਿਆ, ਦੂਜੀਆਂ ਪੈਸੇ ਵਾਲੀਆਂ ਪਾਰਟੀਆਂ ਨੇ, ਉਹਨਾਂ ਨੇ ਪੈਸਾ ਵਰਤਾ ਤਾ, ਉਹਨਾਂ ਨੇ ਸ਼ਰਾਬ ਵਰਤਾ ਤੀ, ਉਹਨਾਂ ਨੇ ਲੋਕਾਂ ਨੂੰ ਡਰਾਉਣਾ ਧਮਾਉਣਾ ਸ਼ੁਰੂ ਕਰਤਾ ਵੀ ਯਾਰ ਜੇ ਵੋਟਾਂ ਨਾ ਪਾਈਆਂ ਸਾਡੀ ਸਰਕਾਰ ਆ, ਦੂਜਾ ਕਹਿੰਦਾ ਸਾਡੀ ਆ ਜਾਊਗੀ। ਭਾਰਤੀ ਜਨਤਾ ਪਾਰਟੀ ਦਿੱਲੀ 'ਤੇ ਆ, ਕਿਉਂਕਿ ਮੋਦੀ ਸਾਹਿਬ ਦੀ ਦੁਬਾਰੇ ਆਉਣ ਦੀ ਸੰਭਾਵਨਾ ਪਹਿਲਾਂ ਲੋਕਾਂ 'ਚ ਬਣੀ ਵੀ ਸੀ ਵੀ ਦੁਬਾਰੇ ਆਊਗੀ, ਇੱਥੇ 3 ਸਾਲ ਪਏ ਆ ਭਗਵੰਤ ਮਾਨ ਦੇ, ਉਹ ਕਰਕੇ ਸਾਡੀ ਵੋਟ 30,000 ਵੀ ਘੱਟ ਗਈ, ਨਹੀਂ ਤਾਂ ਲੱਖ ਤੋਂ ਅਸੀਂ ਉੱਤੇ ਉੱਤੇ ਜਿੱਤਣਾ ਚਾਹੀਦਾ ਸੀ। ਜੋ ਜਲਾਓ ਪਿੰਡਾਂ ਸੀਗਾ ਉਹਦਾ, ਜੋ ਦੂਜਾ ਸਾਡੇ ਕੋਲ ਕੋਈ ਪਿੰਡਾਂ 'ਚ ਜਿਵੇਂ ਮੋਗਾ ਸ਼ਹਿਰ ਆ, ਸਾਡੇ 50 ਵਾਰਡ ਆ, ਅਸੀਂ ਤਾਂ ਵਾਰਡਾਂ 'ਚ ਬੰਦੇ ਮਸਾਂ ਲੱਭੇ, ਪੋਲਿੰਗ ਬੂਥ ਲਾਉਣ ਸਾਡੇ ਕੋਲ ਬੰਦੇ ਹੀ ਹੈ ਨਹੀਂ ਸੀ, ਕਿਉਂਕਿ ਜਥੇਬੰਦੀਆਂ ਕਈ ਰਲ ਗਈਆਂ ਅਤੇ ਜੁਆਇੰਟ ਉਹ ਹੈ ਨਹੀਂ ਸੀ, ਜਾਂ ਜਥੇਬੰਦਕ ਹੈ ਨਹੀਂ ਸੀ, ਅਸੀਂ ਮਾੜੇ ਹਾਂ, ਗਰੀਬ ਹਾਂ, ਉਹਦਾ ਕਰਕੇ ਸਾਨੂੰ ਕੁਛ ਦਿੱਕਤ ਆਈ। ਅਤੇ ਜਿਹੜੇ ਬੰਦੇ ਉੱਥੇ ਵਰਕ ਕਰ ਗਏ ਉਹ ਬੰਦੇ ਵੋਟਾਂ ਸਾਨੂੰ, ਤਾਂ 30,000 ਘੱਟ ਗਈ, ਨਹੀਂ ਵਰਨਾ ਲੱਖ ਤੋਂ ਉੱਤੇ ਜਿੱਤਣਾ ਸੀ ਅਸੀਂ। ਪਰ ਫਿਰ ਵੀ 70,000 ਦੀ ਲੀਡ ਆ ਜਿਹੜੀ, ਉਹ ਬਹੁਤ ਵੱਡੀ ਲੀਡ ਆ, ਇੱਕ ਗਰੀਬ ਬੰਦੇ ਨੇ ਇਕੱਲੇ ਨੇ ਚੱਲ ਕੇ ਆ ਜਾਣਾ, ਅਤੇ ਲੋਕਾਂ ਨੇ ਇੰਨਾ ਭਰਮਾ ਸਾਥ ਦੇਣਾ। ਉਹਨਾਂ ਸਾਰੇ ਲੋਕਾਂ ਦਾ ਮੈਂ ਤੁਹਾਡੇ ਮੀਡੀਆ ਰਾਹੀਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਉਹਨਾਂ ਸਾਰਿਆਂ ਦਾ ਸ਼ਬਦ ਹੈ ਨਹੀਂ ਕਿ ਕਿਹੜੇ ਸ਼ਬਦ ਨਾਲ ਧੰਨਵਾਦ ਕਰੀਏ, ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਤਨ ਮਨ ਧਨ ਨਾਲ ਭਾਈ ਸਰਬਜੀਤ ਸਿੰਘ ਖਾਲਸੇ ਦੀ ਮਦਦ ਕੀਤੀ। ਔਰ ਮਹਾਰਾਜ ਕਿਰਪਾ ਕਰੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਸਾਰੀਆਂ ਆਸਾਂ 'ਤੇ ਖਰਾ ਉਤਰੇ। ਜਿੱਤ ਤੋਂ ਬਾਅਦ ਕੋਈ ਗੱਲ ਹੋਈ ਖਾਲਸਾ ਜੀ ਨਾਲ ਵੀ ਕੀ ਹੁਣ ਅਗਲੀ ਰਣਨੀਤੀ ਕੀ ਹੈ, ਅਗਲੇ ਮੁੱਦੇ ਕੀ ਹੋਣਗੇ, ਕਿਉਂਕਿ ਕੱਲ੍ਹ ਜਦੋਂ ਜਿੱਤ ਪ੍ਰਾਪਤ ਹੋਈ, ਵੱਡੀ ਲੀਡ ਪ੍ਰਾਪਤ ਹੋਈ, ਹਾਲਾਂਕਿ ਉਹ ਖੁਸ਼ੀ ਵੀ ਨਹੀਂ ਮਨਾਈ ਗਈ ਕਿਉਂਕਿ ਘੱਲੂਘਾਰਾ ਦਿਵਸ ਕਿਤੇ ਨਾ ਕਿਤੇ ਚੱਲ ਰਿਹਾ, ਉਸ ਨੂੰ ਲੈ ਕੇ ਵੀ ਖੁਸ਼ੀ ਨਹੀਂ ਮਨਾਈ ਗਈ। ਅਤੇ ਕੀ ਕਹੋਗੇ ਕਿ ਅਗਲੀ ਰਣਨੀਤੀ ਕੀ ਹੈ ਔਰ ਖੁਸ਼ੀ ਜਿਹੜੀ ਹੈ ਕੱਲ੍ਹ ਉਹ ਕਿਉਂ ਨਹੀਂ ਮਨਾਈ ਗਈ? ਅਸੀਂ ਜਿੱਦੇ ਵੋਟਾਂ ਪਈਆਂ ਉਹਦੇ ਸ਼ਾਮ ਨੂੰ ਇਕੱਠੇ ਹੋਏ ਸੀ, ਪੱਤੋ, ਮੈਂ ਅਤੇ ਸਰਬਜੀਤ ਸਿੰਘ ਖਾਲਸਾ ਅਤੇ ਗੁਰਸੇਵ ਸਿੰਘ ਜਵਾਹਰ, ਕਿ ਤਿੰਨੇ ਬੰਦੇ ਸੀ ਉੱਥੇ। ਵਿਚਾਰਾਂ ਹੋਈਆਂ ਸੀ ਕੁਝ ਕਿ ਅੱਗੇ ਆਪਾਂ ਜਿੱਤ ਗਏ, ਹੁਣ ਪਤਾ ਲੱਗ ਜਾਂਦਾ ਵੀ ਚੋਣ ਤਾਂ ਜਿੱਤ ਹੀ ਗਏ, ਕਿ ਆਪਾਂ ਕੀ ਕਰਨਾ। ਅਤੇ ਇਹ ਵਿਚਾਰ ਸੀ ਵੀ 6 ਤਰੀਕ ਤੱਕ ਤਾਂ ਘੱਲੂਘਾਰਾ
ਹੈਗਾ ਆਪਾਂ ਕੋਈ ਪਟਾਕਾ ਨਹੀਂ ਚਲਾਉਣਾ, ਕੋਈ ਲੱਡੂ ਨਹੀਂ ਵੰਡਣੇ, ਕੋਈ ਖੁਸ਼ ਭੰਗੜੇ ਨਹੀਂ ਪਾਉਣੇ। ਉਦੋਂ ਬਾਅਦ ਦਿੱਲੀ ਜਾਊਗਾ, ਸਹੁੰ ਸਾਪਾ ਚੱਕੂ ਜੋ ਫਾਰਮੈਲਿਟੀ ਉਹ ਪੂਰੀ ਕਰੂਗਾ, ਉਦੋਂ ਬਾਅਦ ਅਸੀਂ ਲੋਕਾਂ ਜਾਵਾਂਗੇ। ਧੰਨਵਾਦ ਕਰਨ ਅਸੀਂ ਇਸ ਵਿਚਾਰ ਦੇ ਧਾਰਨੇ ਹਾਂ ਕਿ ਪੰਥ ਇਕੱਠਾ ਕੀਤਾ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੰਦੀ ਸਿੰਘ, ਪੰਜਾਬ ਦੇ ਮਸਲੇ, ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਇਹ ਸਾਰਿਆਂ ਦੇ ਸੰਜੀਦਗੀ ਨਾਲ ਕੰਮ ਕੀਤਾ ਜਾਵੇ ਔਰ ਪੰਥ ਇਕੱਠਾ ਕਰਕੇ ਇੱਕ ਚੰਗੀ ਨਰੋਈ ਪੰਜਾਬੀਆਂ ਦੀ ਪਾਰਟੀ ਬਣਾਈ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਵੀ ਜਿੱਤੇ ਆ, ਉਹ ਮੁੰਡਾ ਜੇਲ੍ਹ 'ਚ ਬੈਠਾ, ਉਹ ਵੀ ਆਊਗਾ ਇੱਥੇ। ਇਹੋ ਜਿਹੀ ਕੋਈ ਜਮਾਤ ਬਣੇ ਜਿਹੜੀ ਜਮਾਤ ਸੱਚੀ ਮਿੱਚੀ ਲੋਕਾਂ ਦੀਆਂ ਆਸਾਂ 'ਤੇ ਖਰੀ ਉਤਰੇ, ਕਿਉਂਕਿ ਜਦੋਂ ਕੋਈ ਪਾਰਟੀ ਬਣਦੀ ਆ ਉਹ ਲੋਕਾਂ ਦੀ ਸੇਵਾ ਨੂੰ ਬਣਦੀ ਹੈ। ਪਰ ਪਾਰਟੀਆਂ ਸਾਰੀਆਂ ਰਿਆਸਤਾਂ ਬਣ ਗਈਆਂ, ਵੀ ਰਿਆਸਤ ਆ ਪਹਿਲਾਂ ਮੇਰਾ ਮੁੰਡਾ ਮੈਂ, ਫਿਰ ਮੇਰਾ ਮੁੰਡਾ, ਫਿਰ ਮੇਰਾ ਪੋਤਾ, ਅੱਜ ਸਿਆਸਤ ਨੂੰ ਰਿਆਸਤ ਬਣਾ ਲਿਆ। ਅਸੀਂ ਇਸ ਗੱਲ ਤੋਂ ਉੱਤੇ ਹਾਂ, ਅਸੀਂ ਚਾਹਾਂਗੇ ਕਿ ਰਿਆਸਤ ਨਾ ਬਣੇ, ਜਿਵੇਂ ਲੋਕਤੰਤਰ ਉਵੇਂ ਹੀ ਰਹੇ। ਜੇ ਕੋਈ ਬੰਦਾ ਇੱਕ ਵਾਰੀ MLA ਬਣ ਗਿਆ, ਦੂਜੀ ਵਾਰ ਉਹ ਛੱਡੇ, ਇਹ ਨਹੀਂ ਕਿ ਉਹਦਾ ਫਿਰ ਮੁੰਡਾ ਬਣ ਗਿਆ, ਉਹਦਾ ਪੋਤਾ ਬਣ ਗਿਆ, ਇਹ ਲੋਕਾਂ ਦਾ ਕੋਈ ਠੇਕਾ ਲੈ ਲਿਆ ਇੱਕ ਬੰਦੇ ਨੇ, ਨਾ ਹੀ ਇੱਕ ਬੰਦਾ ਸਿਆਣਾ ਹੁੰਦਾ। ਅਤੇ ਜਿਹੜੀ ਲੀਡਰਸ਼ਿਪ ਆ ਉਹ ਵੀ ਸਮੁੱਚੀ ਲੀਡਰਸ਼ਿਪ ਉੱਭਰੇ। ਅਕਾਲੀ ਦਲ ਆ, ਅਕਾਲੀ ਦਲ ਹੋਵੇ, ਅੱਜ ਅਕਾਲੀ ਦਲ ਹਾਰ ਗਿਆ, ਬੀਬੀ ਹਰਸਿਮਰਤ ਕੌਰ ਜਿੱਤ ਗਈ, ਹੁਣ ਅਕਾਲੀ ਦਲ ਤਾਂ ਹਾਰ ਗਿਆ ਨਾ। ਜੇ ਜਮਾਤ ਜਿੱਤਦੀ ਫਿਰ ਉਹਨਾਂ ਦੇ ਕਈ ਬੰਦੇ ਜਿੱਦਾਂ ਬੰਦੇ ਜਿੱਤਦੇ, ਹੁਣ ਇੱਕ ਮਨੁੱਖ ਜਿੱਤ ਗਿਆ ਵੀ ਸੁਖਬੀਰ ਸਿੰਘ ਬਾਦਲ ਦੇ ਘਰ ਵਾਲੀ ਬੀਬੀ ਜਿੱਤ ਗਈ, ਪੈਸਾ ਵੰਡਿਆ ਜਾਂ ਜੋ ਵੀ ਹਥਿਆਰ ਉਹਨਾਂ ਨੇ ਵਰਤੇ ਉਹ ਵਰਤੇ, ਜਿੱਤ ਗਏ 50,000 ਰੁਪਏ। ਪਰ ਅਕਾਲੀ ਦਲ ਇੱਕ ਵੱਡੀ ਜਮਾਤ, ਉਹਨਾਂ ਜਮਾਨਤਾਂ ਜਾਬਤ ਹੋਊਗੀਆਂ। ਅਸੀਂ ਇਹ ਚਾਹਾਂਗੇ ਕਿ ਜਿਹੜੀ ਜਮਾਤ ਹੋਵੇ ਉਹ ਜਿੱਤੇ, ਨਾ ਕਿ ਇੱਕ ਮਨੁੱਖ ਜਿੱਤੇ। ਉਹਦੇ 'ਤੇ ਹੋਰ ਬੰਦਿਆਂ ਦੇ ਬਹੁਤ ਸਾਰੇ ਬੰਦੇ ਪੰਜਾਬ 'ਚ ਬੈਠੇ ਆ, ਅਸੀਂ ਇਕੱਲੇ ਨਹੀਂ। ਜੇ ਅਸੀਂ ਇਕੱਲੇ ਇੰਨੇ ਜੋਗਰੇ ਹੁੰਦੇ ਤਾਂ ਅਸੀਂ ਹੁਣ ਜਿੱਤ ਲੈਂਦੇ। ਅਸੀਂ ਪੰਜਾਬ ਦੇ ਸੰਜੀਦਾ ਬੰਦਿਆਂ ਨੂੰ, ਧਾਰਮਿਕ, ਆਰਥਿਕ, ਖੇਤੀ ਮਾਹਰ, ਜਿਹੜੇ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਇੱਕ ਇਹੋ ਜਿਹੀ ਨਰੋਈ ਰਾਜਨੀਤੀ ਬਣਾਵਾਂਗੇ, ਕਿਉਂਕਿ ਕੇਂਦਰ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਹੈਗੇ ਆ। ਕਿਉਂਕਿ ਲੋਕ ਤਰਜੀਹ ਦਿੰਦੇ ਜਿਹੜਾ ਬੰਦਾ ਵੋਟਾਂ ਨੂੰ ਜਿੱਤ ਜੇ, ਦੂਜੇ ਉਹ ਨਹੀਂ ਦਿੰਦੇ। ਇਹ ਬੰਦੇ ਨੂੰ ਮੈਂ ਦੋਨਾਂ ਨੂੰ, ਉਹ ਤਾਂ ਮਿਲਿਆ ਨਹੀਂ ਮੁੰਡੇ ਨੂੰ, ਨਾ ਮੈਂ ਅੰਮ੍ਰਿਤਪਾਲ ਨੂੰ ਅੱਜ ਤੱਕ ਮਿਲਿਆ, ਜਦੋਂ ਬਾਹਰ ਆਊਗਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਹੋਰ ਵੀ ਜਥੇਬੰਦੀਆਂ ਦੇ ਬੰਦੇ ਬੈਠੇ ਆ, ਕੋਈ ਮਾਨ ਅਕਾਲੀ ਦਲ 'ਚ ਬੈਠਾ ਚੰਗਾ ਬੰਦਾ, ਕੋਈ ਬਾਦਲ ਅਕਾਲੀ ਦਲ 'ਚ ਬੈਠਾ ਢੀਂਡਸਾ ਸਾਹਿਬ ਬੈਠਾ ਹੋਵੇ, ਜਿੱਥੇ ਬੈਠੇ ਆ, ਕੋਈ ਕਾਂਗਰਸ ਚੰਗੇ ਬੈਠੇ ਹੋਣ, ਕਮਿਊਨਿਸਟਾਂ 'ਚ ਬੈਠੇ ਹੋਣ, BSP 'ਚ ਬੈਠੇ, ਉਹ ਸਾਰੇ ਬੰਦੇ ਚੰਗੇ ਜਿਹੜੇ ਘਰ ਬੈਠੇ ਆ ਨਿਰਾਸ਼ਤਾ 'ਚ ਆ ਕੇ, ਉਹਨਾਂ ਸਾਰਿਆਂ ਸੰਪਰਕ ਜੋੜਾਂਗੇ ਕਿ ਆਉਣ ਵਾਲੇ ਸਮਾਂ ਪੰਜਾਬੀਆਂ ਦਾ ਹੋਵੇ, ਖਾਲਸਾ ਪੰਥ ਦਾ ਹੋਵੇ। ਕਿਉਂਕਿ ਖਾਲਸਾ ਪੰਥ ਜਦੋਂ ਕਹਿੰਦੇ ਆ, ਕੁਝ ਲੋਕਾਂ ਨੂੰ ਐਂ ਲੱਗਦਾ ਕਿ ਇੱਕ ਧੜੇ ਦੀ ਗੱਲ ਕਰ ਰਹੇ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਾਂ, ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸਾ ਪੰਥ ਦਾ ਰਾਜ ਸੀ, ਪਰ ਉੱਥੇ ਕੋਈ ਤੰਗ ਸੀ, ਉੱਥੇ ਕੋਈ ਬੰਦੇ ਨਾਲ ਧੱਕਾ ਹੁੰਦਾ ਸੀ। ਅਸੀਂ ਉਹੋ ਜਿਹਾ ਰਾਜ ਸਥਾਪਿਤ ਕਰਨ ਦੀ ਲੋਕਾਂ 'ਚ ਗੱਲ ਲੈ ਕੇ ਜਾਵਾਂਗੇ। ਇਹ ਨਹੀਂ ਲੈ ਕੇ ਜਾਵਾਂਗੇ ਕਿ ਅਸੀਂ ਜੀ ਲੋਕਾਂ ਨੂੰ ਐਂ ਲੱਗੇ ਕਿ ਇੱਕ ਤਰਫੀ ਗੱਲ ਕਰਦੇ, ਇੱਕ ਤਰਫੀ ਨਹੀਂ ਕਰਾਂਗੇ। ਜਿਹਦੇ ਨਾਲ ਵੀ ਧੱਕਾ ਹੁੰਦਾ ਉੱਥੇ ਖੜਾਂਗੇ ਅਸੀਂ। ਹੁਣ ਵੀ ਮੈਂ, ਮੇਰਾ 40 ਸਾਲ ਦਾ ਜੀਵਨ, 1985 'ਚ ਮੈਂ ਚੱਲਿਆ ਸੀ ਬਾਬਾ ਜਗਿੰਦਰ ਸਿੰਘ ਹੋਣਾ, ਨਾ ਮੈਂ ਅੱਜ ਤੱਕ ਕਿਸੇ ਪਾਰਟੀ 'ਚ ਗਿਆ, ਨਾ ਬਾਦਲ ਦਲ 'ਚ, ਨਾ ਕਾਂਗਰਸ 'ਚ, ਨਾ ਟੋਪੀ ਵਾਲਿਆਂ 'ਚ। ਪਰ ਮੇਰਾ ਜਿਹੜਾ ਸਾਰੇ ਲੋਕਾਂ ਨਾਲ ਭਾਈਚਾਰਕ ਸਾਂਝ ਬਣਾਈ ਹੋਈ, ਮੇਰੀ ਮੰਡੀ ਨਿਹਾਲ ਸਿੰਘ ਵਾਲਾ ਛੋਟਾ ਸ਼ਹਿਰ ਆ, ਹਰੇਕ ਨਾਲ ਮੇਰੀ ਸਾਂਝ ਬਣਾ ਕੇ ਰੱਖੀ ਹੋਈ। ਕਿਉਂ? ਕਿਉਂਕਿ ਮਨੁੱਖ ਤਾਂ ਸਾਰੇ ਹੀ ਆ ਨਾ, ਮਨੁੱਖ ਤਾਂ ਹੈਗੀ ਨਾ ਸਾਰੇ, ਉਹਨਾਂ ਦੇ ਅੰਦਰ ਵੀ ਖੂਨ ਆ, ਮਾਸ ਆ, ਦਿਲ ਆ, ਦਿਮਾਗ ਆ। ਸਾਨੂੰ ਇਹੀ ਸੋਚ ਲੈ ਕੇ ਚੱਲਣੀ ਚਾਹੀਦੀ ਆ, ਇੱਕ ਕਿਸੇ ਦਾ ਮਨ ਨਾ ਦੁਖੀ ਹੋਵੇ। ਜਦੋਂ ਮਨ ਦੁਖੀ ਹੋ ਗਿਆ ਫਿਰ ਆਤਮਾ ਦੁਖੀ ਹੋਈ, ਪਰਮਾਤਮਾ ਦੁਖੀ ਹੋ ਗਿਆ। ਅਸੀਂ ਕਿਸੇ ਗਰੀਬ ਚੱਪਲਾਂ ਵਾਲੇ ਗਰੀਬ ਭੱਠੇ ਤੋਂ ਆਉਂਦੇ ਆ, ਘਰ ਉਹਨਾਂ ਨੂੰ ਬਿਜਲੀ ਹੁੰਦੀ ਨਹੀਂ, ਜਦੋਂ ਘਰ ਆਉਂਦੇ ਨਹਾਉਣ ਨੂੰ ਪਾਣੀ ਨਹੀਂ ਹੁੰਦਾ ਗਰਮ, ਉਹ ਬਿਜਲੀ ਕੱਟ ਦਿੰਦੇ ਆ, ਜਾਂ ਉਹ ਕਿਹੜੇ ਗਰੀਬੜੇ ਲੋਕ ਆ,
ਜਿਹੜੇ ਅਸਲ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਅਸੀਂ ਤਾਂ ਕਾਰਾਂ ਲਈ ਫਿਰਦੇ ਹਾਂ ਆਪਾਂ ਤਾਂ, ਜਿਹੜੇ ਰੀੜ੍ਹ ਦੀ ਹੱਡੀ, ਅੱਜ ਵੀ ਤੁਸੀਂ ਖੇਤਾਂ ਜਾਓ ਅਤੇ ਉੱਥੇ ਲੋਕ ਵੱਟਾਂ ਘੜੀ ਜਾਂਦੇ ਆ ਇਹੋ ਜਿਹੀ ਧੁੱਪ 'ਚ, ਉਹ ਅਸਲ ਰੀੜ੍ਹ ਦੀ ਹੱਡੀ ਆ। ਉਹਨਾਂ ਕਿਸਾਨਾਂ ਦੀ, ਉਹਨਾਂ ਗਰੀਬਾਂ ਮਜ਼ਦੂਰਾਂ ਦੀ, ਮਜ਼੍ਹਬੀ ਸਿੱਖ ਭਰਾਵਾਂ ਦੀ, ਰਮਦਾਸੀਆਂ ਭਰਾਵਾਂ ਦੀ ਕੌਣ ਸਾਰ ਲਊਗਾ? ਜੇ ਅਸੀਂ, ਸਾਨੂੰ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਚੁੱਪ ਕਰ ਜਾਵਾਂਗੇ, ਫਿਰ ਧਰੋਹ ਹੋਊਗਾ। ਇੱਕ ਘਰ ਦੇ ਵਿੱਚ ਅੱਠ ਅੱਠ ਬੰਦੇ ਰਹਿੰਦੇ ਆ ਅਤੇ ਘਰ ਆ ਪੰਜ ਮਰਲਿਆਂ ਦਾ, ਗਰੀਬਾਂ ਦਾ, ਇੱਕ ਵਿੱਚ ਪਸ਼ੂ ਬੰਨਿਆ, ਵਿੱਚ ਇੱਕੋ ਲੈਟਰੀਨ ਅੱਠਾਂ ਬੰਦਿਆਂ ਦੀ, ਉਹ ਬੰਦਿਆਂ ਦੀ ਸਾਰ ਕੌਣ ਲਊ? ਦੂਸਰਾ ਬਹੁਤ ਵੱਡਾ ਮਸਲਾ ਤੁਹਾਡੇ ਮੀਡੀਆ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਰਿਜ਼ਰਵੇਸ਼ਨ, ਇੱਕ ਪਾਸੇ ਰਿਜ਼ਰਵੇਸ਼ਨ ਸਾਡਾ ਗਰੀਬ ਦਿਹਾੜੀਦਾਰ ਵੀ ਰਿਜ਼ਰਵ ਆ, ਇੱਕ ਪਾਸੇ ਉਹ ਲੋਕ ਆ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਪਰਿਵਾਰ, ਉਹ ਵੀ ਲੈ ਰਹੇ ਆ। ਹੁਣ ਸਾਡੇ ਸਕੂਲ 'ਚ ਤੱਪੜ 'ਤੇ ਪੜ੍ਹਨ ਵਾਲਾ ਅਤੇ ਕੌਨਵੈਂਟ ਸਕੂਲ 'ਚ ਪੜ੍ਹਨ ਵਾਲੇ ਦਾ ਫਰਕ ਆ ਬੱਚੇ ਦਾ, ਰਿਜ਼ਰਵੇਸ਼ਨ ਦਾ ਫਾਇਦਾ ਉਹ ਲਊਗਾ, ਜਿਹੜਾ ਸਾਡਾ ਗਰੀਬੜਾ ਤੱਪੜ ਵਾਲਾ ਉਹ ਤਾਂ ਰਹਿ ਜੂਗਾ ਨਾ। ਇਹ ਇੱਕ ਮਸਲਾ ਵੀ ਮੈਂ ਇਹਨੂੰ ਆਖੂੰਗਾ ਵੀ ਰਿਜ਼ਰਵਾ, ਸਰਬਜੀਤ ਵੀ ਆਪ ਜਲੈਹਾਂ ਦਾ ਮੁੰਡਾ ਐਸੀ ਆ, ਇਹਨੂੰ ਮੈਂ ਆਖੂੰਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ, ਉਹਦੇ ਕੋਲ ਜ਼ਰੂਰ ਉਠਾਉਣ ਵਾਲਾ ਕਿ ਇਹ ਵੀ ਇੱਕ ਆਰਥਿਕ ਪੱਖ ਰੱਖਿਆ ਜਾਵੇ, ਨਾ ਕਿ ਜਾਤ ਹੀ ਰੱਖੀ ਜਾਵੇ। ਇੱਕ ਜਾਤ ਆ ਅਤੇ ਜਾਤ ਵਾਲਾ ਬੰਦਾ ਦਿੱਲੀ ਬੈਠਾ, ਉਹਦੇ ਕੋਲ ਇੱਕ ਸਾਡਾ ਗਰੀਬੜਾ ਜਿਹਦੇ ਕੋਲ ਇੱਕ ਡੰਗ ਦੀ ਰੋਟੀ ਵੀ ਹੈਣੀ, ਉਹ ਨਰੇਗਾ 'ਚ ਲੱਗੀਆਂ ਹੁੰਦੀਆਂ ਘਰ ਵਾਲੀਆਂ ਸਾਰੀਆਂ। ਇਹ ਵੀ ਮਸਲਾ ਮੈਂ ਸਰਬਜੀਤ ਸਿੰਘ ਨੂੰ ਆਖੂੰਗਾ, ਇਹ ਵੀ ਆਰਥਿਕ ਨਾਲ ਜੁੜਿਆ ਵਾ, ਧਰਮ ਨਾਲ ਜੁੜਿਆ ਵਾ। ਸਾਡੇ ਧਰਮੀ ਲੋਕ ਆ ਭੁੱਖੇ ਮਰ ਰਹੇ ਆ, ਗਰੀਬੜੇ ਲੋਕ ਆ, ਉਹਨਾਂ ਕੋਲ ਕੱਪੜੇ ਸਵਾਉਣ ਨੂੰ ਪੈਸੇ ਹੈ ਨਹੀਂ। ਇਹ ਸਾਰੀਆਂ ਗੱਲਾਂ ਸਰਬਜੀਤ ਸਿੰਘ ਖਾਲਸੇ ਦੇ ਰਾਹੀਂ ਅਸੀਂ ਜ਼ਰੂਰ ਪੁੱਟ ਕਰਾਂਗੇ, ਔਰ ਜਿੰਨਾ ਸਾਡੀ ਵਾਹ ਹੋਈ ਚੰਗੀ, ਮਾੜੀ ਨਹੀਂ, ਚੰਗੀ ਅਸੀਂ ਵਾਹ ਲਾਵਾਂਗੇ, ਮਾੜੀ ਨਹੀਂ ਲਾਉਣੀ, ਕਿਉਂਕਿ ਮਾੜੀਆਂ ਲਾ ਕੇ ਤਾਂ ਲੋਕ ਫੇਲ ਹੋ, ਚੰਗੀਆਂ ਲਾਓ। ਮੇਰਾ ਪਿੰਡ ਰਣਸਿੰਘ ਕਲਾਂ, ਮੇਰਾ ਮੁੰਡਾ ਸਰਪੰਚ ਆ ਮਿੰਟੂ, ਉੱਥੇ ਕਹੇ ਕੋਈ ਪੈਸਾ ਖਾਧਾ? ਕਹੇ ਕੋਈ, ਮੈਂ ਰਿਹਾ ਸਰਪੰਚ, ਕਹੇ ਕੋਈ ਪੈਸਾ ਖਾਧਾ? ਨਾ, ਸਰਕਾਰਾਂ ਦੇ ਉਲਟ ਸੀ, ਫਿਰ ਵੀ 7 ਕਰੋੜ ਲੱਗਿਆ ਵਾ ਪਿੰਡ 'ਚ। ਇਸ ਕਰਕੇ ਅਸੀਂ ਮਾਡਣਾ ਇੱਕ, ਅਸੀਂ ਉਹਨੂੰ ਗਾਹਾਂ ਲਿਜਾਵਾਂਗੇ, ਇਹਨੂੰ ਪੇਸ਼, ਇਹਨੂੰ ਦੱਸਾਂਗੇ ਵੀ ਐਂ ਚੱਲਣਾ ਆਪਾਂ। ਅਤੇ ਬੰਦਾ ਇਹ ਐਹੋ ਜਿਹੇ ਮਨੁੱਖ, ਸਰਬਜੀਤ ਸਰੀਫ ਬੰਦਾ, ਇਹੋ ਜਿਹੇ ਮਨੁੱਖ ਹੁੰਦਾ ਨਾ, ਕਈ ਬੰਦੇ ਬੰਦੇ ਗਰਮ ਹੁੰਦੇ ਆ, ਇਹ ਇਹੋ ਜਿਹੇ ਮਨੁੱਖ ਸਰੀਫ ਬੰਦਾ। ਹੋਰ ਵੀ ਜੇ ਕੋਈ ਘਾਟ ਬਾਅਦ ਹੋਊ, ਉਹ ਪੰਜ ਬੰਦੇ ਕਹਾਂਗੇ ਐਂ ਬੋਲਣਾ, ਐਂ ਬੋਲਣਾ, ਕਈ ਬੰਦੇ ਮੈਂ ਬੋਲਬਾਲਾ 'ਚ ਮਾਰ ਖਾ ਜਾਂਦਾ, ਕਈ ਵਾਰੀ ਬੰਦੇ ਬੋਲਬਾਲਾ 'ਚ ਮਾਰ ਖਾ ਜਾਂਦੇ ਆ, ਸ਼ਬਦ ਇਹੋ ਜਿਹੇ ਨਿਕਲ ਜਾਂਦੇ ਆ ਅਣਜਾਣੇ 'ਚ ਕਿ ਪ੍ਰੈਸ ਉਹਨੂੰ ਚੱਕ ਲੈਂਦੀ ਆ, ਉਹ ਮੁੜ ਕੇ ਬਹੁਤ ਨੁਕਸਾਨ ਪਹੁੰਚਾਉਂਦੇ ਆ। ਉਹ ਵੀ ਫਿਰ ਮਾੜਾ ਮੋਟਾ ਬੰਦਾ ਕੋਲ ਆਉਂਦਾ ਵੱਡੇ ਅਹੁਦੇ 'ਤੇ, ਉਹਨੂੰ ਫਿਰ ਸੰਕੋਚਣਾ ਸਰ ਗੱਲ ਕਹਿਣੀ ਚਾਹੀਦੀ ਆ, ਕਿਉਂਕਿ ਅੱਜ ਪ੍ਰੈਸ ਦਾ, ਮੀਡੀਆ ਦਾ ਜ਼ਮਾਨਾ, ਛੋਟੀ ਜਿਹੀ ਗੱਲ ਕਹੀ ਪਹਾੜ ਬਣ ਜੂਗੀ। ਇਸ ਕਰਕੇ ਮੈਂ ਫਿਰ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਮੇਰੇ ਵਰਗੇ ਗਰੀਬ ਬੰਦੇ ਦੀ ਤੁਸੀਂ ਇਹ ਇੰਟਰਵਿਊ ਲਈ ਆ, ਕਿਉਂਕਿ ਅਸੀਂ ਹਾਂ ਰੁਲਤੇ ਫਿਰਦੇ, ਕੋਈ ਬਾਤ ਨਹੀਂ ਪੁੱਛਦਾ, ਅਸੀਂ ਰੋਲਣ ਫਿਰਨ ਵਾਲੇ ਬੰਦੇ ਹਾਂ ਅਤੇ ਬਾਤ ਕੋਈ ਪੁੱਛਦਾ ਨਹੀਂ, ਪਰ ਫਿਰ ਵੀ ਲੋਕਾਂ ਨੇ ਸਾਡੀ ਇੱਜ਼ਤ ਰੱਖੀ, ਲੋਕਾਂ ਨੇ ਸਾਡੀ ਇੱਜ਼ਤ ਰੱਖੀ ਆ, ਅਤੇ ਤੁਹਾਡੇ ਵੀਡੀਓ ਰਾਹੀਂ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰੂੰ, ਅਤੇ ਪੰਜਾਬੀਆਂ ਨੂੰ ਇੱਕ ਹੋਰ ਅਪੀਲ ਕਰੂੰਗਾ ਕਿ 5-6 ਚੋਣਾਂ ਆਉਣਗੀਆਂ, ਇਸ ਤੋਂ ਬਾਅਦ MLA ਜਿਹੜੇ ਜਿੱਤ ਗਏ, ਵਜ਼ੀਰ ਜਿੱਤ ਗਏ, ਉੱਥੇ ਵੀ ਚੰਗੇ ਬੰਦਿਆਂ ਦੀ ਮਦਦ ਕੀਤੀ ਆ, ਚੰਗੇ ਪੰਜਾਬੀ ਆਉਣ ਮੂਹਰੇ, ਅਤੇ ਫਿਰ ਜੇ ਚੰਗੇ ਪੰਜਾਬੀ ਆਉਣਗੇ ਪੰਜਾਬ ਦੀ ਫੇਰ ਹੀ ਸ਼ਾਨ ਬਣੂਗੀ, ਨਹੀਂ ਤਾਂ ਫਿਰ ਪੰਜਾਬ ਸਾਡੇ ਪਿੰਡ 4 ਘਰਾਂ ਨੂੰ ਦਸਾਂ ਦਿਨਾਂ ਜਿੰਦੇ ਲੱਗ ਗਏ, 4 ਘਰਾਂ ਨੂੰ, ਅਤੇ ਉੱਥੇ ਕੋਈ ਨੰਗੀ ਤਾਂ ਮੈਨੂੰ ਰੋਣ ਆਉਂਦਾ, ਇਹ ਪਿੰਡ ਉੱਜੜ ਚੱਲਿਆ, ਅਸੀਂ ਇਕੱਲੇ ਰਹਿ ਗਏ। ਇਸ ਕਰਕੇ ਇਹਨੂੰ ਬਚਾਉਣ ਦੀ ਖਾਤਰ ਵੀ ਸਾਡੇ ਜਿਹੜੇ ਜ਼ਿੰਮੇਵਾਰ ਬੰਦੇ ਆ ਕਿਸੇ ਪਾਰਟੀ 'ਚ ਹੋਣ, ਉਹਨਾਂ ਨੂੰ ਵੀ ਸਿਰ ਜੋੜਨ ਦੀ ਲੋੜ ਆ, ਨਹੀਂ ਵਰਨਾ ਇੰਨਾ ਅਸੀਂ ਗਾਲਾਂ ਕੱਢ ਕੇ ਇੱਕ ਦੂਜੇ ਨੂੰ ਮੰਦਾ ਚੰਗਾ ਬੋਲ ਕੇ। ਮੈਂ ਚੋਣ 'ਚ ਕਿਸੇ ਦੇ ਉਲਟ ਨਹੀਂ ਬੋਲਿਆ, ਕਿਉਂਕਿ ਉਲਟ ਬੋਲ ਕੇ ਕੀ ਫਾਇਦਾ ਹੋਜੂ? ਉਹ ਗੱਲ ਕਹੋ ਜਿਹੜੀ ਗੱਲ ਅਸਾਰੂ ਹੋਵੇ, ਅਸੀਂ ਕੀ ਕਰਨਾ, ਅਸੀਂ ਕੀ ਕਰਨਾ? ਮੈਂ ਇਸ ਗੱਲ ਦਾ ਜ਼ਿਆਦਾ ਪ੍ਰਵਾਸ਼ਕ ਹਾਂ ਪਹਿਲਾਂ ਤੋਂ ਜ਼ਿੰਦਗੀ 'ਚ, ਵੀ ਆਪਾਂ ਕੀ ਕਰਨਾ? ਪੋ ਲੋਕਾਂ ਕੋਲ ਲੈ ਕੇ ਚੱਲੋ, ਲੋਕਾਂ ਨੇ ਤਾਂ ਉਹਨਾਂ ਦਾ ਮਾੜਾ ਕਰੀ ਜਾਂਦੇ ਆ,
ਅਸੀਂ ਨਾ ਉਹਨਾਂ ਨਾਲ ਕੱਲ੍ਹ ਨੂੰ ਹੱਸੀ ਜਾਂਦੇ ਹਾਂ, ਪਰਸੋਂ ਲੜੀ ਜਾਂਦੇ, ਨਾ ਮੈਂ ਵਿਸ਼ਵਾਸ ਨਹੀਂ ਰੱਖਦਾ ਕਿ ਐਵੇਂ ਭੰਡ ਨਿੰਦ ਕਰੀ ਚੱਲੋ। ਦੇਸ਼ ਨੇ ਦੇਸ਼ ਵਾਲਿਆਂ ਨੇ ਦੇਸ਼ ਚਲਾਉਣਾ, ਪੰਜਾਬ ਵਾਲਿਆਂ ਨੇ ਪੰਜਾਬ ਚਲਾਉਣਾ, ਅਸੀਂ ਕੀ ਚਲਾਉਣਾ ਉਹਦੇ ਵਿੱਚੋਂ ਕੀ ਕਰਨਾ। ਮੋਦੀ ਸਾਹਿਬ ਦੀਆਂ ਸਕੀਮਾਂ 146 ਹੈ ਲਗਭਗ, ਕਿਸੇ ਬੈਂਕ ਵਾਲੇ ਨੇ ਲੋਕਾਂ ਕੋਲ ਲਗਾਇਆ, ਕੋਈ ਪੰਜਾਬ ਦੀ ਗੌਰਮੈਂਟ ਨਹੀਂ ਲੋਕਾਂ ਕੋਲ ਲਗਾਈ, ਭਾਰਤੀ ਜਨਤਾ ਪਾਰਟੀ ਆਪ ਨਹੀਂ ਲੋਕਾਂ ਕੋਲ ਲਗਾਈ। ਪੈਸਾ ਉਹ ਕਿਹਦਾ ਭਾਈ? ਪੈਸਾ ਮੋਦੀ ਸਾਹਿਬ ਦਾ ਤਾਂ ਹੈ ਨਹੀਂ, ਪੈਸਾ ਤਾਂ ਲੋਕਾਂ ਦਾ ਨਾ। ਚਲ ਇੱਕ ਬੰਦੇ ਨੇ ਸਕੀਮਾਂ ਚਲਾ ਤੀਆਂ, ਅਤੇ ਕਿਉਂ ਨਹੀਂ ਲੋਕਾਂ ਨੂੰ ਲਾਭ ਹੁੰਦਾ? ਹੋਵੇ, ਮੈਂ ਤਾਂ ਇਸ ਗੱਲ ਦਾ ਪਾਸ਼ ਕਹਾਂ ਕਿ ਹੋਵੇ। ਆ ਗਰੀਬ ਬੰਦੇ ਰੁਲਦੇ ਫਿਰਦੇ ਆ, ਉਹਨੂੰ ਕੰਮ ਨੌਕਰੀ ਨਹੀਂ ਮਿਲਦੀ, ਤਾਂ ਆਪਦੀ ਡੈਰੀ ਚਲਾਉਣ, ਕੋਈ ਬੰਦਾ ਉੱਥੇ ਸਬਜ਼ੀ ਬੀਜੇ, ਕੋਈ ਬੰਦਾ ਫੁੱਲ ਬੀਜੇ, ਕੰਮ ਚਲਾਉਣ। ਲੋਕ ਮੁੰਡੇ ਸਾਡੇ ਮੁੰਡੇ ਤੁਰੇ ਫਿਰਦੇ ਆ, ਬੈਂਕ ਅੰਦਰ ਨਹੀਂ ਵੜਨ ਦਿੰਦੀ, ਇਹ ਵੀ ਬਹੁਤ ਵੱਡਾ ਮਸਲਾ, ਬਹੁਤ ਮਸਲੇ ਆ। ਘੰਟਿਆਂ ਬੱਧੀ ਬੋਲਿਆ ਜਾ ਸਕਦਾ ਸਾਰੂ ਢੰਗਣਾ ਵੀ, ਨਿੰਦਿਆ ਤੋਂ ਬਿਨਾਂ ਵੀ, ਪਰ ਕੋਈ ਨਾ। ਹੁਣ ਭਾਈ ਸਰਬਜੀਤ ਸਿੰਘ ਖਾਲਸੇ ਦੇ ਬਹੁਤ ਸਾਰਾ ਤਾਂ ਬਸ ਹੈ, ਸਾਰਾ ਕੁਝ ਨਹੀਂ, ਕਿਉਂਕਿ ਇੱਕ MP ਬਣਿਆ ਨਾ, ਕਿੰਨਾ ਕੁ ਟਾਈਮ ਮਿਲਦਾ, ਕੀ ਹੁੰਦਾ, ਉਹ ਇੱਕ ਗਾਹਣੀਆਂ ਗੱਲਾਂ, ਪਰ ਫਿਰ ਵੀ ਉਹ ਲੋਕਾਂ 'ਚ ਪ੍ਰਚਾਰ ਕਰੇ, ਲੋਕਾਂ 'ਚ ਆਵੇ, ਇਹ ਅਸੀਂ ਜ਼ਰੂਰ ਆਖਾਂ। ਜਿੰਨੀਆਂ ਚੋਣਾਂ ਲੜੀਆਂ ਜਾਣਗੀਆਂ ਜਿਹੜੀਆਂ ਹੁਣ ਆ ਰਹੀਆਂ, ਬਿਲਕੁਲ ਲੜਨੀਆਂ ਚਾਹੀਦੀਆਂ। ਮੈਂ ਸਲਾਹ ਦਿਉਂ ਸਾਰੀਆਂ ਪਾਰਟੀਆਂ ਨੂੰ, ਜਿੰਨਾ ਕੁ ਮੇਰਾ ਯੋਗਦਾਨ ਹੋਇਆ, ਜਿੰਨਾ ਕੁ ਮੇਰੀ ਸੁਣਦੇ ਹੋਏ ਮੀਟਿੰਗਾਂ ਹੋਣਗੀਆਂ, ਸਰਬਜੀਤ ਸਿੰਘ ਖਾਲਸੇ ਨੂੰ ਆਖਾਂਗੇ, ਭਾਈ ਅੰਮ੍ਰਿਤਪਾਲ ਖਾਲਸੇ ਨੂੰ ਆਖਾਂਗੇ, ਜਾਂ ਹੋਰ ਭਾਈ ਜਸਵੀਰ ਸਿੰਘ ਰੋਡੇ, ਜਹੇਦਰ ਗੁਰਦੇਵ ਸਿੰਘ ਬਠਿੰਡਾ, ਇਹਨਾਂ ਨੇ ਬਹੁਤ ਰੋਲ ਅਦਾ ਕੀਤਾ ਵੱਡਾ, ਇਹਨਾਂ ਸਾਰਿਆਂ ਨੂੰ ਆਖਾਂਗੇ ਮਿਲ ਕੇ, ਬਈ ਆਪਾਂ ਇਕੱਠੇ ਹੋ ਕੇ ਚੋਣਾਂ ਲੜੋ, ਜੀਵਣੀ ਚੋਣਾਂ, 5-7 MLA ਵੀ ਜੇ ਬਣਨਾ ਤਾਂ ਚੰਗੀ ਗੱਲ ਆ। ਹੁਣ ਵਿਰੋਧੀ ਧਿਰ ਬਣੀ ਆ ਪਾਰਲੀਮੈਂਟ 'ਚ ਵੱਡੀ, ਇਹ ਚੰਗੀ ਗੱਲ ਆ, ਕੁਛ ਨਾ ਕੁਛ ਮਾੜਾ ਮੋਟਾ ਸਰਕਾਰ ਠੰਮੂਗੀ। ਇੱਥੇ ਹੁਣ ਇੱਥੇ 92 ਇੱਕ ਧਿਰ ਦੇ ਆਪਣੇ ਪੰਜਾਬ 'ਚ, ਦੂਜੀ ਧਿਰ ਹੀ ਹੈ ਨਹੀਂ। ਜੇ 5-7 ਹੋਰ ਉੱਠ ਜਾਣਗੇ, ਕੋਈ ਆਪਾਂ ਸਾਰੂ ਗੱਲ ਕਰਾਂਗੇ, ਸਾਡਾ ਕੋਈ ਭਗਵੰਤ ਮਾਨ ਨਾਲ ਨਿੱਜੀ ਰੌਲਾ ਨਹੀਂ, ਸਾਡਾ ਕੋਈ ਮੋਦੀ ਸਾਹਿਬ ਨਾਲ ਨਿੱਜੀ ਰੌਲਾ ਨਹੀਂ, ਸਾਡੇ ਰੌਲੇ ਆ ਸਿਰਫ ਇਹ ਕਿ ਤੁਸੀਂ ਐਂ ਨਹੀਂ ਕਰਦੇ, ਤੁਹਾਨੂੰ ਐਂ ਕਰਨਾ ਚਾਹੀਦਾ, ਲੋਕਾਂ ਦੇ ਰੌਲੇ ਆ, ਅਤੇ ਲੋਕਾਂ ਦੇ ਰੌਲੇ ਅਸੀਂ ਉਹਨਾਂ ਕੋਲ ਲੈ ਕੇ ਜਾਵਾਂਗੇ। ਮੈਂ ਤਾਂ ਇਹ ਵੀ ਕਹਿਣਾ ਵੀ ਗਰੇਜ਼ ਨਹੀਂ ਕਰਨਾ ਚਾਹੀਦਾ, ਜੇ ਮੁੱਖ ਮੰਤਰੀ ਦੇ ਕੋਲ ਜਾਓ, ਜੇ ਟਾਈਮ ਦਿੰਦਾ ਤਾਂ ਲੈ ਕੇ ਗੱਲ ਕਰਨੀ ਚਾਹੀਦੀ, ਪ੍ਰਧਾਨ ਮੰਤਰੀ ਟਾਈਮ ਦਿੰਦਾ ਤਾਂ ਜਾਣਾ ਚਾਹੀਦਾ। ਅੱਜ ਵੀ ਸਾਡੀ ਲੀਡਰਸ਼ਿਪ ਨੂੰ ਚੰਡੀਗੜ੍ਹ ਪੰਜਾਬੀ ਬੋਲਦੇ ਲੱਗ ਕੇ, ਪੰਜਾਬ ਦੀ ਬਿਜਲੀ, ਪੰਜਾਬ ਦਾ ਪਾਣੀ, ਪੰਜਾਬ ਲੁੱਟਿਆ ਪੱਟਿਆ ਗਿਆ, ਪੰਜਾਬ ਸਿਰ ਕਰਜ਼ਾ, ਕਿਸਾਨ ਖੁਦਕੁਸ਼ੀਆਂ ਕਰਦਾ, ਪ੍ਰਧਾਨ ਮੰਤਰੀ ਦੇ ਬਾਰੇ ਜਾਣਾ ਚਾਹੀਦਾ ਵੀ ਸਾਨੂੰ ਮਿਲੋ ਜੀ, ਸਾਡੀ ਗੱਲ ਸੁਣੋ, ਪੰਜਾਬ ਲੁੱਟਿਆ ਪੱਟਿਆ ਗਿਆ, ਤੁਹਾਡਾ ਖੁਸ਼ਹਾਲ ਸੂਬਾ ਇੱਕ, ਉਹਨਾਂ ਦੇ ਅੰਡਰ ਹੀ ਆ ਨਾ ਅਸੀਂ, ਲੋਕਤੰਤਰ ਦੇ ਅੰਡਰ ਹਾਂ, ਅਤੇ ਫਿਰ ਭਾਰਤ ਦਾ ਪ੍ਰਧਾਨ ਮੰਤਰੀ ਕੁਛ ਕਰ ਸਕਦਾ ਨਾ, ਨਾ ਕਿ ਮੈਂ ਕਰ ਸਕਦਾ ਉਹ। ਮੈਂ ਤਾਂ ਇਸ ਧਾਰਨਾ ਹਾਂ ਵੀ ਪੰਜਾਬ ਨੂੰ ਬਚਾਉਣ ਦੀ ਸਾਨੂੰ, ਤੁਹਾਨੂੰ ਵੀ ਮੀਡੀਆ ਨੂੰ ਮੈਂ ਕਹੂੰਗਾ ਕਿ ਸਾਰੂ ਗੱਲਾਂ ਅੱਗੇ ਲਿਆਂਦੀਆਂ ਜਾਣ, ਕਿ ਇਹ ਹੋ ਗਿਆ ਜੀ, ਇਹ ਹੋ ਗਿਆ। ਇੱਕ ਬੰਦਾ ਕੋਈ ਮਾੜਾ ਕੰਮ ਕਰਦਾ ਪਾਰਟੀ ਨੂੰ ਪਹਾੜ ਬਣਾ ਦੇਣਾ, ਅਸੀਂ ਬੱਚਿਆਂ ਕੋਲ ਮਾੜੀਆਂ ਗੱਲਾਂ ਥੋੜ੍ਹਾ ਪਰੋਸਣਗੀਆਂ, ਅਸੀਂ ਉਹਨਾਂ ਕੋਲ ਚੰਗੀਆਂ ਗੱਲਾਂ ਪਰੋਸਣਗੀਆਂ। ਮੀਡੀਆ ਵੀ ਖਬਰਾਂ ਚੰਗੀਆਂ ਦੇਵੇ, ਸਾਰੂ ਗੱਲਾਂ ਕਰੇ, ਅਤੇ ਉਹਦੇ 'ਤੇ ਮੀਡੀਆ ਦੀ ਜ਼ਿੰਮੇਵਾਰੀ 'ਚ ਉੱਥਾ ਥੰਮ ਆ, ਮੀਡੀਆ ਹੀ ਮਾੜਾ ਮੋਟਾ ਲੋਕਾਂ ਨੂੰ ਬਚਾਈ ਫਿਰਦਾ। ਜੇ ਮੀਡੀਆ ਨਾ ਹੋਵੇ ਵਰਨਾ, ਤਾਂ ਰਾਜਾ ਦਾ ਫਿਰ ਰਾਜ ਕਰਦਾ ਹੁੰਦਾ, ਫਿਰ ਉਹਦੀ ਗੱਲ ਲੋਕਾਂ 'ਚ ਆਵੇ ਹੀ ਨਾ। ਹੁਣ ਸਰਕਾਰੀ ਮੀਡੀਆ ਡਰਦੀ ਆ, ਅਤੇ ਚੌਥਾ ਥੰਮ ਵੀ ਮਜ਼ਬੂਤ ਭਾਰਤ 'ਚੋਂ ਮਜ਼ਬੂਤ ਵੀ ਆ, ਅਤੇ ਮਜ਼ਬੂਤ ਰਹਿਣਾ ਵੀ ਚਾਹੀਦਾ। ਇਹ ਸਾਡੀ ਵੀ ਗੱਲ ਲੋਕਾਂ ਕੋਲ ਪਹੁੰਚਦੀ ਕਰੇ ਮੀਡੀਆ। ਤੁਹਾਡਾ ਧੰਨਵਾਦ।